ਜੈ ਸਾਈਂ ਜੀ ਦੀ, ਰੱਬ ਇੱਕ ਜੈ ਸਾਈਂ ਜੀ। 786 SA ਓਫੀਸ਼ੀਅਲ ਚੈਨਲ ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਰੂਹ ਨੂੰ ਸਲਾਮ ਹੈ, ਨਿੱਘਾ ਸਵਾਗਤ ਹੈ। ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈੱਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਜੋ ਅਪਡੇਟ ਹੈ ਉਹ ਮਿਲਦੀ ਰਹੇ ਜੀ। ਹਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਇੱਕ ਇਹੋ ਜਿਹਾ ਵਕਤ ਆਉਂਦਾ ਬਾਬਾ ਜੀ ਕਿ ਉਹ ਆਪਣੇ ਆਪ ਤੋਂ, ਆਪਣੀਆਂ ਆਦਤਾਂ ਤੋਂ ਜਾਂ ਉਸਦੇ ਜੀਵਨ ਵਿੱਚ ਚੱਲ ਰਹੇ ਸੰਘਰਸ਼ਾਂ ਤੋਂ ਨਿਰਾਸ਼ ਮਹਿਸੂਸ ਕਰਦਾ ਹੈ। ਉਹ ਜ਼ਰਾ ਗੌਰ ਕਰਨਾ ਇਸ ਗੱਲ 'ਤੇ, ਔਰ ਇੱਦਾਂ ਵੀ ਲੱਗਦਾ ਹੈ ਕਿ ਸਾਡੇ ਸੁਪਨੇ ਅਤੇ ਇੱਛਾਵਾਂ ਬਹੁਤ ਵੱਡੀਆਂ ਨੇ ਪਰ ਅਸੀਂ ਉਹਨਾਂ ਨੂੰ ਪੂਰਾ ਕਰਨ ਵਿੱਚ ਅਸਮਰਥ ਹਾਂ। ਹੁਣ ਇਸ ਦਾ ਕਾਰਨ ਕੁਛ ਵੀ ਹੋ ਸਕਦਾ ਹੈ ਬਾਬਾ ਜੀ, ਔਰ ਉਸ ਵਕਤ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਦੀ ਵੀ ਦਖਲ ਅੰਦਾਜ਼ੀ ਜਿਹੜੀ ਹੈ ਉਸ ਤੋਂ ਵੀ ਉਹ ਕਿਨਾਰਾ ਕਰਦਾ ਹੈ। ਵਕਤ ਦਾ ਨਹੀਂ ਪਤਾ, ਫਿਰ ਵੀ ਆਪਣੇ ਤਰੀਕੇ ਨਾਲ ਕੰਮ ਕਰਨ ਨੂੰ ਜੇ ਕੋਈ ਕਵੇ ਤਾਂ ਫਿਰ ਇਹੋ ਜਿਹਾ ਬਹੁਤ ਕੁਛ ਦੇਖਣ ਨੂੰ ਮਿਲਦਾ ਹੈ ਬਾਬਾ ਜੀ, ਇਨਸਾਨ ਪਰੇਸ਼ਾਨ ਹੋ ਜਾਂਦਾ ਹੈ। ਖੈਰ, ਇਸ ਤੋਂ ਇਲਾਵਾ ਜੇ ਦੇਖੀਏ ਤਾਂ ਕਿਹੜੇ ਉਹ ਕਾਰਨ ਨੇ ਜਿਨ੍ਹਾਂ ਕਰਕੇ ਇਨਸਾਨ ਆਪਣੀਆਂ ਇੱਛਾਵਾਂ ਜਾਂ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਅਸਫਲ ਹੋ ਰਿਹਾ ਹੈ। ਔਰ ਸਿਆਣੇ ਕਹਿੰਦੇ ਆ ਕਿ ਇਹ ਹੁੰਦਾ ਵੀ, ਫਕੀਰ ਲੋਕ ਕਹਿੰਦੇ ਆ ਕਿ ਇਹ ਹੁੰਦਾ ਵੀ ਅਕਸਰ ਸਾਡੀਆਂ ਆਦਤਾਂ, ਸਾਡੇ ਦ੍ਰਿਸ਼ਟੀਕੋਣ ਅਤੇ ਸਾਡੀ ਸੋਚ ਨਾਲ ਜੁੜੀ ਹੈ ਇਹ ਅਸਫਲਤਾ ਜਿਹੜੀ ਹੈ। ਇਸ ਨੂੰ ਜ਼ਰਾ ਗੌਰ ਕਰਨਾ ਕਿ ਅਸਫਲਤਾ ਜਿਹੜੀ ਹੈ ਉਹ ਸਾਡੀਆਂ ਆਦਤਾਂ ਨਾਲ, ਸਾਡੀ ਸੋਚ ਨਾਲ, ਸਾਡੀ ਦ੍ਰਿਸ਼ਟੀ ਦੇ ਨਾਲ ਜੁੜੀ ਹੈ। ਹੁਣ ਜ਼ਿੰਦਗੀ 'ਚ ਜੇਕਰ ਸਫਲ ਹੋਣਾ ਤਾਂ ਸਾਨੂੰ ਆਪਣੇ ਆਪ ਨੂੰ ਕੁਝ ਜ਼ਰੂਰੀ ਸਵਾਲ ਪੁੱਛਣੇ ਪੈਣਗੇ। ਉਹ ਇਹ ਹੈ, ਪਹਿਲਾ ਸਵਾਲ ਤਾਂ ਇਹੀ ਹੁੰਦਾ ਹੈ ਕਿ ਕੀ ਅਸੀਂ ਆਪਣੇ ਸਮੇਂ ਦਾ ਸਹੀ ਇਸਤੇਮਾਲ ਕਰ ਰਹੇ ਹਾਂ, ਕਿਉਂਕਿ ਸਾਈਆਂ ਫਰਮਾਇਆ ਹੈ ਕਿ ਵਕਤ ਬੜਾ ਵੱਡਾ ਬਾਦਸ਼ਾਹ ਹੈ। ਵਕਤ ਦੇ ਦਿਨ ਰਾਤ ਹੈ, ਵਕਤ ਦੀ ਪਾਬੰਦ ਹੈ, ਆਉਂਦੀਆਂ ਜਾਂਦੀਆਂ ਰੌਣਕਾਂ ਜਿਹੜੀਆਂ। ਵਕਤੀ ਕਹਿੰਦੇ ਫੁੱਲਾਂ ਦਾ ਤਾਜ ਹੈ, ਵਕਤੀ ਕੰਢਿਆਂ ਦੀ ਸੇਜ ਹੈ। ਕੀ ਅਸੀਂ ਆਪਣੇ ਸੁਪਨਿਆਂ ਨੂੰ ਹਾਸਲ ਕਰਨ ਲਈ ਰੋਜ਼ ਕੁਛ ਨਵਾਂ ਸਿੱਖ ਰਹੇ ਹਾਂ, ਆਪਣੇ ਸਮੇਂ ਦਾ ਸਹੀ ਇਸਤੇਮਾਲ ਕਰ ਰਹੇ ਹਾਂ? ਕੀ ਅਸੀਂ ਖੁਦ ਨੂੰ ਬਿਹਤਰ ਇਨਸਾਨ, ਚੰਗਾ ਇਨਸਾਨ ਬਣਾਉਣ ਲਈ ਤਪੱਸਿਆ ਕਰ ਰਹੇ ਹਾਂ? ਸਫਲਤਾ ਦਾ ਰਾਹ ਬੇਸ਼ੱਕ ਮੰਨਿਆ ਹੈ ਕਿ ਔਖਾ ਹੈ, ਜਿਵੇਂ ਸਾਈਂ ਲੋਕ ਫਰਮਾਉਂਦੇ ਆ ਕਿ ਸਫਲਤਾ ਜਿਹੜਾ ਕੰਢਿਆਂ 'ਤੇ ਚੱਲਦਾ ਹੈ ਨਾ, ਮੰਜ਼ਿਲ ਉਸਨੂੰ ਸਲਾਮ ਕਰਦੀ ਹੈ। ਕਿ ਸਫਲਤਾ ਦਾ ਰਾਹ ਤਾਂ ਔਖਾ ਹੈ ਪਰ ਨਾਮੁਮਕਿਨ ਨਹੀਂ ਹੈ, ਇਹ ਗੱਲ ਯਾਦ ਰੱਖੋ। ਰੱਬ ਨੇ, ਸਾਈਂ ਲੋਕ ਫਰਮਾਉਂਦੇ ਆ ਕਿ ਰੱਬ ਨੇ ਤੁਹਾਨੂੰ ਐਸੀਆਂ ਤਾਕਤਾਂ ਨਾਲ ਨਵਾਜ਼ਿਆ ਹੈ ਕਿ ਇਨਸਾਨ ਕਿਸੇ ਵੀ ਮੰਜ਼ਿਲ ਨੂੰ ਹਾਸਲ ਕਰ ਸਕਦਾ ਬਾਬਾ ਜੀ। ਇਸ ਲਈ ਸਫਲਤਾ ਕਿਸੇ ਵੀ ਚੀਜ਼ ਵਿੱਚ ਪਾਉਣੀ ਮੁਸ਼ਕਲ ਜ਼ਰੂਰ ਹੋ ਸਕਦੀ ਹੈ ਪਰ ਨਾਮੁਮਕਿਨ ਨਹੀਂ। ਔਰ ਇਹ ਸਾਈਂ ਲੋਕ ਫਰਮਾਉਂਦੇ ਆ ਕਿ ਨਾਮੁਮਕਿਨ ਕੁਛ ਵੀ ਨਹੀਂ ਹੈ। ਸੋ ਇਸ ਲਈ ਸਾਨੂੰ ਆਪਣੀਆਂ ਆਦਤਾਂ 'ਤੇ ਗੌਰ ਕਰਨ ਦੀ ਲੋੜ ਹੈ। ਸਾਨੂੰ ਆਪਣੇ ਦਿਨ ਦੀ ਸ਼ੁਰੂਆਤ ਇੱਕ ਸਕਾਰਾਤਮਕ ਯਾਨੀ ਕਿ ਪੋਜ਼ਿਟਿਵ ਸੋਚ ਅਤੇ ਪੋਜ਼ਿਟਿਵ ਊਰਜਾ ਦੇ ਨਾਲ ਕਰਨੀ ਚਾਹੀਦੀ ਹੈ। ਜ਼ਰਾ ਗੌਰ ਕਰਨਾ, ਹੁਣ ਜਿੱਦਾਂ ਸਵੇਰੇ ਉੱਠਦਾ ਹੈ ਬੰਦਾ, ਜੇ ਤਾਂ ਸ਼ੁਕਰ ਕਰਕੇ ਉੱਠ ਰਿਹਾ ਹੈ ਤਾਂ ਇਹਦਾ ਮਤਲਬ ਸਕਾਰਾਤਮਕ ਹੈ। ਜੇ ਉਹ ਆਪਣੇ ਆਪ ਨੂੰ ਕੋਸਦੇ ਆ ਉੱਠ ਰਿਹਾ ਇਹਦਾ ਮਤਲਬ ਨਕਾਰਾਤਮਕ ਹੈ। ਔਰ ਜਿਹੜਾ ਮੁਰਸ਼ਦ ਨਾਲ ਜੁੜੇ ਆ ਨਾ, ਉਹ ਸਵੇਰੇ ਉੱਠਦੇ ਆ ਸ਼ੁਕਰ ਜ਼ਰੂਰ ਕਰਦੇ ਆ, ਇਹ ਗੱਲ ਯਾਦ ਰੱਖਣਾ। ਸਾਨੂੰ ਦੂਜਿਆਂ ਦੀਆਂ ਸਲਾਹਾਂ ਤੋਂ ਉੱਪਰ ਉੱਠ ਕੇ ਆਪਣੀ ਮੰਜ਼ਿਲ 'ਤੇ ਹੈ ਕਰਨੀ ਪਵੇਗੀ। ਦੂਜਿਆਂ ਦੀਆਂ ਸਲਾਹਾਂ ਨੂੰ ਪਿੱਛੇ ਛੱਡ ਕੇ ਆਪਣੀ ਮੰਜ਼ਿਲ ਜਿਹੜੀ ਹੈ ਉਹ ਆਪ ਤੈਅ ਕਰਨੀ ਪਵੇਗੀ। ਇਹ ਗੱਲ ਸਾਈਂ ਮਹਾਤਮਾ ਸੰਤ ਲੋਕ ਫਰਮਾਉਂਦੇ ਨੇ ਕਿ ਯਾਦ ਰੱਖੋ, ਸਫਲਤਾ ਉਹਨਾਂ ਨੂੰ ਹੀ ਮਿਲਦੀ ਹੈ ਜੋ ਨਾ ਸਿਰਫ ਵੱਡੇ ਸੁਪਨੇ ਦੇਖਦੇ ਆ ਬਲਕਿ ਉਹੀ ਆਦਤਾਂ ਆਪਣੀ ਜ਼ਿੰਦਗੀ ਵਿੱਚ ਢਾਲਦੇ ਨੇ ਜੋ ਸਫਲ ਬਣਾਉਂਦੀਆਂ ਨੇ।
ਮਾੜੀਆਂ ਆਦਤਾਂ ਤੋਂ ਹਾਰ ਮੰਨ ਲੈਣੀ ਤਾਂ ਸੌਖੀ ਹੈ, ਪਰ ਜੇਕਰ ਅਸੀਂ ਬੁਰੀਆਂ ਆਦਤਾਂ ਨੂੰ ਛੱਡ ਕੇ ਚੰਗੀਆਂ ਆਦਤਾਂ ਨੂੰ ਅਪਣਾਵਾਂਗੇ ਤਾਂ ਉਹੀ ਆਦਤਾਂ ਸਾਨੂੰ ਉੱਚਾਈਆਂ ਤੱਕ ਲੈ ਕੇ ਜਾਣਗੀਆਂ। ਬਾਬਾ ਜੀ, ਸਾਨੂੰ ਇਹ ਸਮਝਣਾ ਪਵੇਗਾ ਕਿ ਸਾਡੀ ਸਭ ਤੋਂ ਵੱਡੀ ਦੌਲਤ ਹੈ ਜੋ ਉਹ ਸਮਾਂ ਹੈ। ਇਸੇ ਲਈ ਸਾਈਆਂ ਫਰਮਾਇਆ ਕਿ ਵਕਤ ਕਿਸੇ ਦੇ ਪਿਓ ਦਾ ਨਹੀਂ ਹੈ ਜੋ ਕਿਸੇ ਦੇ ਰੋਕਿਆ ਰੁਕ ਜਾਵੇ। ਹੋਣੀ ਨੇ ਤਾਂ ਇੱਕ ਦਿਨ ਹੋ ਕੇ ਰਹਿਣਾ ਹੈ, ਬੰਦਾ ਜਿੱਥੇ ਮਰਜ਼ੀ ਰੁਕ ਜਾਵੇ। ਅਤੇ ਸਾਨੂੰ ਇਸ ਕੀਮਤੀ ਸਮੇਂ ਨੂੰ ਫਜ਼ੂਲ ਦੀਆਂ ਗੱਲਾਂ 'ਚ ਬਰਬਾਦ ਨਹੀਂ ਕਰਨਾ ਚਾਹੀਦਾ। ਸਾਨੂੰ ਸਾਡੇ ਹਰ ਇੱਕ ਦਿਨ ਦਾ ਇੱਕ ਇੱਕ ਪਲ ਆਪਣੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਲਾਉਣਾ ਚਾਹੀਦਾ ਹੈ, ਚਾਹੇ ਉਹ ਇਖਲਾਕੀ ਹੈ ਚਾਹੇ ਉਹ ਦੁਨਿਆਵੀ ਹੈ। ਇਸ ਲਈ ਜੋ ਛੱਡਣਾ ਪਵੇ, ਜਿਹਨੂੰ ਛੱਡਣਾ ਪਵੇ, ਆਪਣੀ ਮੰਜ਼ਿਲ ਵੱਲ ਵਧੋ। ਪਰ ਇਹ ਵੀ ਯਾਦ ਰੱਖੋ ਕਿ ਸਾਨੂੰ ਆਪਣੇ ਆਲੇ ਦੁਆਲੇ ਦੇ ਲੋਕਾਂ ਦਾ ਅਤੇ ਵਾਤਾਵਰਨ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਸਕਾਰਾਤਮਕ ਸੋਚ ਅਤੇ ਸਕਾਰਾਤਮਕ ਸੰਗਤ ਸਾਡੇ ਜੀਵਨ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਂਦੀ ਹੈ। ਤਾਂ ਹੀ ਤਾਂ ਕਹਿੰਦੇ ਆ ਸੰਤ ਗੁਰੂ ਰਹਿਬਰਾਂ, ਇਹ ਪੀਰਾਂ ਫਕੀਰਾਂ ਦੇ ਜਿਹੜੇ ਸੋਹਬਤ ਹੈ, ਸੰਗਤ ਜਿਹੜੀ ਹੈ ਉਹ ਇਨਸਾਨ ਨੂੰ ਮੰਜ਼ਿਲਾਂ ਵੱਲ ਲੈ ਕੇ ਜਾਂਦੀ ਹੈ, ਉੱਚਾਈਆਂ ਵੱਲ ਲੈ ਕੇ ਜਾਂਦੀ ਹੈ, ਕਿਉਂਕਿ ਸੰਗਤ ਹੀ ਉਪਜਦੀ ਹੈ ਗੁਣਵੀਆਂ। ਅਤੇ ਇਸ ਤੋਂ ਵੱਡੀ ਹੋਰ ਕਿਹੜੀ ਸਕਾਰਾਤਮਕ ਸੋਚ ਹੈ ਅਤੇ ਸੰਗਤ ਹੋਵੇਗੀ ਜਿਹੜੀ ਕਹਿੰਦੀ ਹੈ ਕਿ ਦਾਤਾ ਭਲੀ ਕਰੇ। ਇਸ ਗੱਲ ਨੂੰ ਯਾਦ ਰੱਖਣਾ, ਸਾਈਂ ਲੋਕ ਫਰਮਾਉਂਦੇ, ਸਾਈਂ ਜੀ ਕਹਿੰਦੇ ਹੁੰਦੇ ਦਾਤਾ ਭਲੀ ਕਰੇਗਾ। ਤਾਂ ਇਸ ਤੋਂ ਵੱਡੀ ਹੋਰ ਕਿਹੜੀ ਸਕਾਰਾਤਮਕ ਸੋਚ? ਜਦੋਂ ਇਹ ਗੱਲ ਆਪਣੇ ਅੰਦਰ ਤੁਸੀਂ ਵਸਾਲੀ ਕਿ ਦਾਤਾ ਭਲੀ ਕਰੇਗਾ, ਤਾਂ ਦਾਤਾ ਭਲੀ ਕਰੇਗਾ। ਬਾਬਾ ਜੀ ਜ਼ਰਾ ਗੌਰ ਕਰੋ, ਦਾਤਾ ਭਲੀ ਕਰੇ। ਸੋ ਅੱਜ ਐਸੀ ਹੀ ਇੱਕ ਕਹਾਣੀ ਹੈ ਜਿਸ ਵਿੱਚ ਫਕੀਰ ਕੁਛ ਦੱਸ ਰਹੇ ਨੇ, ਅਤੇ ਇਸ ਕਹਾਣੀ ਨੂੰ ਜੇਕਰ ਗੌਰ ਨਾਲ ਸੁਣੋਗੇ ਤਾਂ ਇਹ ਕਹਾਣੀ ਤੁਹਾਡੀ ਜ਼ਿੰਦਗੀ ਨੂੰ ਬਦਲਣ ਦਾ ਦਮ ਰੱਖਦੀ ਹੈ। ਸੋ ਜ਼ਰਾ ਗੌਰ ਕਰਨਾ ਔਰ ਇਸ ਨੂੰ ਪੂਰਾ ਸੁਣਨਾ, ਕਿਉਂਕਿ ਅਧੂਰਾ ਗਿਆਨ ਜਿਹੜਾ ਹੈ ਉਹ ਖਤਰਨਾਕ ਹੈ ਬਾਬਾ ਜੀ। ਉਹ ਫਿਰ ਪੂਰਨ ਰੂਪ ਨਾਲ ਉਸ ਸਥਾਨ 'ਤੇ ਨਹੀਂ ਲੈ ਕੇ ਜਾਂਦਾ ਜੋ ਗਿਆਨ ਲੈ ਕੇ ਜਾਂਦਾ ਹੈ। ਕਿ ਇੱਕ ਵਾਰ ਇੱਕ, ਹੁਣ ਗੱਲ ਇੱਦਾਂ ਹੈ ਕਿ ਇੱਕ ਵਾਰ ਇੱਕ ਬੜਾ ਹੀ ਪਰੇਸ਼ਾਨ ਵਿਅਕਤੀ ਸੀ ਅਤੇ ਉਹ ਇੱਕ ਫਕੀਰ ਸੰਤ ਮਹਾਤਮਾ ਕੋਲ ਗਿਆ। ਉਸਨੇ ਜਾ ਕੇ ਸਲਾਮ ਪ੍ਰਣਾਮ ਕੀਤਾ ਅਤੇ ਉੱਥੇ ਬੈਠ ਗਿਆ ਬਾਬਾ ਜੀ। ਜਦੋਂ ਉਹਨਾਂ ਫਕੀਰਾਂ ਨੇ ਉਸ ਕੋਲ ਉਹਦੇ ਵੱਲ ਦੇਖਿਆ, ਉਸ ਕੋਲ ਉਸਦੀ ਸਮੱਸਿਆ ਬਾਰੇ ਪੁੱਛਿਆ, ਜਿੱਦਾਂ ਤੁਸੀਂ ਜਾਣਦੇ ਆ ਨਾ ਕਿਸੇ ਫਕੀਰ, ਉਹ ਕਹਿੰਦੇ ਹਾਂ ਭਾਈ ਕਿੱਦਾਂ ਆਏ ਹੋ, ਤਾਂ ਉਹਨਾਂ ਨੇ ਸਮੱਸਿਆ ਬਾਰੇ ਪੁੱਛਿਆ ਵੀ ਕੀ ਗੱਲ ਹੈ ਕਾਕਾ, ਕਿਉਂਕਿ ਉਹ ਚਿਹਰਾ ਪੜ੍ਹ ਲੈਂਦੇ। ਤਾਂ ਉਸ ਵਿਅਕਤੀ ਨੇ ਫਰਮਾਇਆ ਕਿ ਗੁਰੂ ਜੀ, ਮੈਂ ਆਪਣੀ ਆਦਤਾਂ ਤੋਂ ਪਰੇਸ਼ਾਨ ਹਾਂ, ਮੈਂ ਕਰਨਾ ਤਾਂ ਬਹੁਤ ਕੁਝ ਚਾਹੁੰਦਾ ਹਾਂ ਪਰ ਕੁਝ ਵੀ ਕਰ ਨਹੀਂ ਪਾ ਰਿਹਾ। ਮੈਂ ਸਫਲਤਾ ਦੀਆਂ ਉਚਾਈਆਂ ਨੂੰ ਛੂਹਣਾ ਚਾਹੁੰਦਾ ਹਾਂ ਪਰ ਆਪਣੀ ਕੁਛ ਆਦਤਾਂ ਤੋਂ ਮਜਬੂਰ ਹਾਂ। ਅਤੇ ਸੱਚ ਕਹਾਂ ਤਾਂ ਮੈਨੂੰ ਇਹ ਵੀ ਨਹੀਂ ਪਤਾ ਮਹਾਰਾਜ ਕੇ ਸਫਲ ਹੋਣ ਲਈ ਮੇਰੇ ਅੰਦਰ ਕਿਹੜੇ ਐਸੇ ਗੁਣ ਹੋਣੇ ਚਾਹੀਦੇ ਹੈ, ਕਿਹੜੇ ਗੁਣ ਜ਼ਰੂਰੀ ਹੈ ਜੋ ਮੈਨੂੰ ਸਫਲਤਾ ਪਾਉਣ ਲਈ ਚਾਹੀਦੇ ਹੈ, ਜੋ ਮੈਨੂੰ ਸਫਲਤਾ ਤੱਕ ਲੈ ਕੇ ਜਾਣ। ਅਤੇ ਤੁਸੀਂ ਮੇਰੇ 'ਤੇ ਕਿਰਪਾ ਕਰੋ ਕਿਉਂਕਿ ਤੁਹਾਡੇ ਕੋਲ ਹਰ ਸਮੱਸਿਆ ਦਾ ਸਮਾਧਾਨ ਹੈ, ਕਿਉਂਕਿ ਹਰ ਮੁਸ਼ਕਲ ਦੀ ਕੁੰਜੀ ਯਾਰੋ ਹੱਥ ਮੁਰਸ਼ਦ ਦੇ ਆਈ, ਮੁਰਸ਼ਦ ਨਜ਼ਰ ਕਰਨ ਜਿਸ ਵੇਲੇ ਲੋੜ ਨਾ ਰਹਿੰਦੀ ਕਾਈ, ਥੋੜ ਨਾ ਰਹਿੰਦੀ ਕਾਈ। ਉਹ ਕਹਿੰਦਾ ਕਿ ਮੇਰੇ ਸਮੱਸਿਆ ਦਾ ਸਮਾਧਾਨ ਮੈਨੂੰ ਪਤਾ ਤੁਹਾਡੇ ਕੋਲ ਹੀ ਹੈ, ਮੈਨੂੰ ਉਹਨਾਂ ਗੁਣਾਂ ਨਾਲ ਨਵਾਜ਼ੋ, ਮੈਨੂੰ ਉਹਨਾਂ ਗੁਣਾਂ ਨਾਲ ਜਾਣੂ ਕਰਵਾਓ ਜਿਨ੍ਹਾਂ ਨਾਲ ਮੈਂ ਸਫਲ ਹੋ ਸਕਾਂ। ਕਿਰਪਾ ਕਰਕੇ ਮੇਰਾ ਮਾਰਗਦਰਸ਼ਨ ਕਰੋ, ਮੈਨੂੰ ਰਾਹ ਦਿਖਾਓ, ਕਿਉਂਕਿ ਜਦੋਂ ਰਾਹ ਬੰਦਾ ਭਟਕਦਾ ਹੈ ਤਾਂ ਫਕੀਰ ਲੋਕ ਸੰਤ ਗੁਰੂ ਰਹਿਬਰ ਦੀ ਬਾਣੀ, ਉਹਨਾਂ ਦੇ ਵਚਨ, ਉਹਨਾਂ ਦੀ ਸੋਭਤ ਹੀ ਇਨਸਾਨ ਨੂੰ ਸਹੀ ਮਾਰਗਦਰਸ਼ਨ ਲੈ ਕੇ ਜਾਂਦੀ ਹੈ। ਤਾਂ ਉਹ ਸੰਤ ਮਹਾਤਮਾ ਉਸ ਲੜਕੇ ਦੀ ਗੱਲ ਸੁਣ ਕੇ ਬੋਲੇ ਕਿ ਪੁੱਤਰ ਜੀ, ਜਿਸ ਤਰ੍ਹਾਂ ਅਸੀਂ ਬੁਰੀਆਂ ਆਦਤਾਂ ਤੋਂ ਮਜਬੂਰ ਹੁੰਦੇ ਹਾਂ ਅਤੇ ਜੇਕਰ ਅਸੀਂ ਇਹ ਬੁਰੀਆਂ ਆਦਤਾਂ ਛੱਡ ਕੇ ਅੱਛੀਆਂ ਆਦਤਾਂ ਨੂੰ ਅਪਣਾ ਲਈਏ ਤਾਂ ਅਸੀਂ ਉਸ ਤੋਂ ਵੀ ਮਜਬੂਰ ਹੋ ਜਾਵਾਂਗੇ।
ਜ਼ਰਾ ਗੌਰ ਕਰੋ ਕਿ ਜੇ ਬੁਰੀਆਂ ਆਦਤਾਂ ਨਾਲ ਬੰਦਾ ਮਜਬੂਰ ਹੁੰਦਾ ਨਾ ਤਾਂ ਚੰਗੀਆਂ ਆਦਤਾਂ ਵੀ ਮਜਬੂਰ ਕਰਦੀਆਂ ਨੇ। ਜੇ ਮੰਨ ਲਓ ਕਿਸੇ ਨੂੰ ਇਹ ਆਦਤ ਪੈ ਗਈ ਕਿ ਰਾਤ ਦੇ ਅੰਮ੍ਰਿਤ ਵੇਲਾ ਮੈਂ ਸਾਂਭਣਾ ਹੈ ਜਾਂ ਬ੍ਰਹਮ ਮੁਹੂਰਤ ਸਾਂਭਣਾ ਹੈ ਤਾਂ ਉਹ ਬੰਦੇ ਦੀ ਬ੍ਰਹਮ ਮੁਹੂਰਤ ਵੇਲੇ ਅੱਖ ਖੁੱਲਦੀ ਜ਼ਰੂਰ ਹੈ, ਇੱਕ ਵਾਰੀ ਆਦਤ ਪੈਣ ਦੀ ਗੱਲ। ਤਾਂ ਇਹ ਗੱਲ ਦਾ ਯਕੀਨ ਕਰ ਲਓ ਕਿ ਚੰਗੀਆਂ ਆਦਤਾਂ ਤੁਹਾਨੂੰ ਜ਼ਿੰਦਗੀ ਵਿੱਚ ਬਹੁਤ ਕੁਝ ਹਾਸਲ ਕਰਵਾਉਣਗੀਆਂ। ਅਤੇ ਅੱਜ ਇਹੋ ਜਿਹੀਆਂ ਆਦਤਾਂ ਬਾਰੇ ਦੱਸਣ ਜਾ ਰਿਹਾ। ਉਹ ਫਕੀਰ ਕਹਿੰਦੇ ਉਸ ਲੜਕੇ ਨੂੰ, ਤੁਹਾਨੂੰ ਸਾਰੀ ਦੁਨੀਆਂ ਤੋਂ ਐਸੀਆਂ ਆਦਤਾਂ ਹੈ ਜੋ ਤੁਹਾਨੂੰ ਸਾਰੀ ਦੁਨੀਆਂ ਤੋਂ ਅਲੱਗ ਬਣਾ ਸਕਦੀਆਂ ਨੇ, ਅਤੇ ਇਹਨਾਂ ਆਦਤਾਂ ਦਾ ਜੇਕਰ ਤੁਸੀਂ ਪਾਲਣ ਕੀਤਾ ਤਾਂ ਤੁਸੀਂ ਮਨਚਾਹੀ ਸਫਲਤਾ ਵੀ ਪਾਲੋਗੇ। ਅਤੇ ਜੋ ਵੀ ਜੀਵਨ ਵਿੱਚ ਬਣਨਾ ਜਾਂ ਪਾਉਣਾ ਚਾਹੁੰਦੇ ਹੋ ਇਹ ਆਦਤਾਂ ਤੁਹਾਨੂੰ ਬੜੀ ਆਸਾਨੀ ਨਾਲ ਹਾਸਲ ਕਰਕੇ ਦੇ ਸਕਦੀਆਂ ਨੇ। ਸੋ ਇਹ 15 ਆਦਤਾਂ ਜੋ ਮੈਂ ਦੱਸਣ ਜਾ ਰਿਹਾ ਹਾਂ, ਉਹ ਫਕੀਰ ਬੋਲੇ, ਇਸ ਨੂੰ ਗੌਰ ਨਾਲ ਸੁਣੋ ਅਤੇ ਆਪਣੇ ਦਿਮਾਗ ਵਿੱਚ ਚੰਗੀ ਤਰ੍ਹਾਂ ਬਿਠਾ ਲਵੋ ਅਤੇ ਹੌਲੀ ਹੌਲੀ ਉਹਨਾਂ ਆਦਤਾਂ ਨੂੰ ਆਪਣੇ ਜੀਵਨ ਵਿੱਚ ਢਾਲਣਾ ਸ਼ੁਰੂ ਕਰ ਦਿਓ। ਕਿਉਂਕਿ ਇਹ ਆਦਤਾਂ ਤਾਂ ਤੁਹਾਨੂੰ ਨਾ ਤਾਂ ਤੁਹਾਨੂੰ ਸਿਰਫ ਸਫਲਤਾ ਦਿਵਾਉਣਗੀਆਂ ਬਲਕਿ ਇਹੋ ਜਿਹਾ ਅੱਛਾ ਇਨਸਾਨ ਵੀ ਬਣਾ ਦੇਣਗੀਆਂ ਜੋ ਲੋਕ ਤੁਹਾਨੂੰ ਦੇਖ ਕੇ ਇਹੀ ਬੋਲਣਗੇ ਕਿ ਅਸੀਂ ਵੀ ਤੁਹਾਡੇ ਵਰਗੇ ਬਣਨਾ ਚਾਹੁੰਦੇ ਹਾਂ। ਸੋ ਪਹਿਲੀ ਆਦਤ ਜਿਹੜੀ ਹੈ ਉਹਨਾਂ ਫਕੀਰਾਂ ਨੇ ਫਰਮਾਈ ਕਿ ਤੜਕੇ ਉੱਠਣ ਦੀ ਜਾਂ ਬ੍ਰਹਮ ਮਹੂਰਤ ਨੂੰ ਸੰਭਾਲਣ ਦੀ ਅੰਮ੍ਰਿਤ ਵੇਲਾ ਜ਼ਰੂਰ ਸਾਂਭੋ। ਦੁਨੀਆਂ ਦੇ ਵਿੱਚ ਬਹੁਤ ਸਾਰੇ ਸਫਲ ਲੋਕਾਂ ਨੇ ਅੰਮ੍ਰਿਤ ਵੇਲਾ ਸੰਭਾਲ ਕੇ ਸਫਲਤਾ ਨੂੰ ਹਾਸਲ ਕੀਤਾ ਹੈ, ਬ੍ਰਹਮ ਮਹੂਰਤ ਨੂੰ ਸੰਭਾਲ ਕੇ ਹਾਸਲ ਕੀਤਾ ਹੈ। ਕਿਉਂਕਿ ਜੇਕਰ ਇਹ ਆਦਤ ਤੁਹਾਨੂੰ ਪੈ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਤਾਂ ਤੁਸੀਂ ਆਲਸ ਤੋਂ ਆਪਣਾ ਖਹਿੜਾ ਤੜਕੇ ਤੜਕੇ ਹੀ ਛੁਟਵਾ ਲਓ। ਇੱਕ ਗੱਲ ਹੋਰ ਕਿ ਇਸ ਤੋਂ ਬਾਅਦ ਜੇਕਰ ਤੁਸੀਂ ਸੂਰਜ ਦੀ ਪਹਿਲੀ ਕਿਰਨ ਤੋਂ ਪਹਿਲਾਂ ਉੱਠ ਜਾਂਦੇ ਹੋ ਅਤੇ ਆਪਣੇ ਆਪ 'ਤੇ ਧਿਆਨ ਦੇਣਾ ਸ਼ੁਰੂ ਕਰ ਦਿੰਦੇ ਹੋ ਅਤੇ ਯਕੀਨ ਮੰਨੋ ਹੌਲੀ ਹੌਲੀ ਤੁਹਾਨੂੰ ਉਹ ਅੰਮ੍ਰਿਤ ਵੇਲੇ ਨੂੰ ਸੰਭਾਲਣਾ ਬਹੁਤ ਕੁਝ ਹਾਸਲ ਕਰਵਾਏਗਾ। ਅਤੇ ਉਸ ਤੋਂ ਬਾਅਦ ਤੁਸੀਂ ਆਪਣੀ ਇੱਛਾ ਪੂਰਨ ਦੇ ਲਈ ਆਪਣੀਆਂ ਇੱਛਾਵਾਂ ਦੇ ਲਈ ਕੰਮ ਕਰੋ। ਸਵੇਰੇ ਉੱਠਣਾ ਹੀ ਇਹ ਦਰਸਾਉਂਦਾ ਹੈ ਕਿ ਕਿਸੇ ਚੀਜ਼ ਨੂੰ ਹਾਸਲ ਕਰਨ ਦੀ ਤੁਹਾਡੇ ਅੰਦਰ ਕਿੰਨੀ ਇੱਛਾ ਸ਼ਕਤੀ ਹੈ, ਤੁਹਾਡੇ ਲਈ ਤੁਹਾਡਾ ਲਕਸ਼ ਟੀਚਾ ਜਿਹੜਾ ਹੈ ਉਹ ਕਿੰਨਾ ਮਾਇਨੇ ਰੱਖਦਾ ਹੈ। ਸੋ ਫਿਰ ਭਾਵੇਂ ਉਹ ਰਾਹ ਇਕਲਾਕੀ ਹੋਵੇ ਜਾਂ ਦੁਨਿਆਵੀ, ਜਿੰਨਾ ਵਕਤ ਓਨੇ ਹੀ ਜ਼ਿਆਦਾ ਪ੍ਰਯਾਸ, ਓਨੀ ਹੀ ਜ਼ਿਆਦਾ ਕੋਸ਼ਿਸ਼। ਜਿੰਨਾ ਤੁਹਾਡੇ ਕੋਲ ਵਕਤ ਹੋਵੇਗਾ ਓਨੀ ਹੀ ਜ਼ਿਆਦਾ ਤੁਸੀਂ ਕੋਸ਼ਿਸ਼ ਕਰੋਗੇ। ਸੋ ਜੇਕਰ ਰਾਤ ਨੂੰ ਵੀ ਸੋ ਰਹੇ ਤਾਂ ਸਵੇਰੇ ਵੀ ਸੁੱਤੇ ਰਹਿੰਦੇ ਹੋ, ਫਿਰ ਤੁਹਾਨੂੰ ਆਪਣੀ ਆਦਤ ਤਿਆਗਣੀ ਹੀ ਪਵੇਗੀ। ਹਾਂ, ਜੇਕਰ ਤੁਸੀਂ ਰਾਤ ਨੂੰ ਕੋਈ ਕੰਮ ਕਰ ਰਹੇ ਹੋ, ਜਿਹੜਾ ਕੰਮ ਤੁਸੀਂ ਰਾਤ ਨੂੰ ਹੀ ਕਰਦੇ ਹੋ, ਤੁਹਾਡਾ ਟੀਚਾ ਹੈ ਰਾਤ ਨੂੰ ਕਰਨ ਦਾ, ਤਾਂ ਸਵੇਰੇ ਤੁਸੀਂ ਆਪਣੇ ਸਮੇਂ ਨੂੰ ਉਸ ਹਿਸਾਬ ਨਾਲ ਮੈਨੇਜ ਕਰ ਸਕਦੇ ਹੋ। ਸੋ ਇਹ ਨਿਯਮ ਬਣਾ ਲਓ ਅਤੇ ਕੁਛ ਹੀ ਦਿਨਾਂ ਵਿੱਚ ਅੰਮ੍ਰਿਤ ਵੇਲੇ ਨੂੰ ਬ੍ਰਹਮ ਮਹੂਰਤ ਨੂੰ ਸੰਭਾਲੋ। ਇਹ ਸੀ ਪਹਿਲੀ ਆਦਤ ਬਾਬਾ ਜੀ ਜੋ ਫਕੀਰਾਂ ਨੇ ਦੱਸੀ। ਚਾਹੇ ਬੰਦਗੀ ਹੈ ਚਾਹੇ ਇਬਾਦਤ ਹੈ, ਉਹ ਅੰਮ੍ਰਿਤ ਵੇਲੇ ਦੀ ਜਿਹੜੀ ਹੈ, ਬ੍ਰਹਮ ਮਹੂਰਤ ਦੀ ਜਿਹੜੀ ਹੈ, ਉਹ ਖਾਸ ਮੰਨੀ ਗਈ ਹੈ। ਹਰ ਧਰਮ ਦੇ ਵਿੱਚ ਇਸ ਦੀ ਗੱਲ ਆਈ, ਹਰ ਫਕੀਰ ਨੇ ਇਹ ਫਰਮਾਇਆ ਹੈ। ਹੁਣ ਦੂਸਰੀ ਆਦਤ ਹੈ ਕਿ ਹਮੇਸ਼ਾ ਜੋ ਵੀ ਤੁਸੀਂ ਪਾਉਣਾ ਚਾਹੁੰਦੇ ਹੋ ਉਸ ਲਈ ਕੁਛ ਨਵਾਂ ਨਵਾਂ ਸਿੱਖਦੇ ਰਹੋ। ਇਹ ਬੜੀ ਅਦਭੁਤ ਆਦਤ ਹੈ। ਇਸ ਇਹ ਜਿਹੜੀ ਹਰ ਉਸ ਮਹਾਨ ਸ਼ਖਸ ਵਿੱਚ ਪਾਈ ਜਾਂਦੀ ਹੈ ਆਦਤ ਜਿਸਨੇ ਆਪਣੇ ਕੰਮ ਵਿੱਚ ਸਫਲਤਾ ਹਾਸਲ ਕੀਤੀ ਹੈ। ਹਮੇਸ਼ਾ ਆਪਣੇ ਕੰਮ ਦੇ ਬਾਰੇ ਹੋਰ ਜ਼ਿਆਦਾ ਸਿੱਖਦੇ ਰਹੋ। ਅਸੀਂ ਆਪਣੀ ਜ਼ਿੰਦਗੀ 'ਚ ਜਿੰਨਾ ਵੀ ਜ਼ਿਆਦਾ ਸਿੱਖਦੇ ਹਾਂ ਉਹ ਜੀਵਨ ਦੇ ਕਿਸੇ ਨਾ ਕਿਸੇ ਮੋੜ 'ਤੇ ਸਾਡੇ ਕੰਮ ਜ਼ਰੂਰ ਆਉਂਦਾ ਹੈ। ਸਫਲ ਲੋਕ ਜਿਹੜੇ ਹੈ ਆਪਣੇ ਸੁਪਨਿਆਂ ਨੂੰ ਹਾਸਲ ਕਰਨ ਲਈ ਤਰ੍ਹਾਂ ਤਰ੍ਹਾਂ ਦੀਆਂ ਕਹਿੰਦੇ ਆ ਵੀ ਰਿਸਰਚਾਂ ਕਰਦੇ ਰਹਿੰਦੇ ਆ, ਆਪਣੇ ਸੁਪਨਿਆਂ ਨਾਲ ਜੁੜੀ ਹਰ ਗੱਲ ਨੂੰ ਜਾਣਨਾ ਚਾਹੁੰਦੇ ਨੇ ਜੋ ਉਹਨਾਂ ਦੇ ਸੁਪਨੇ ਨੂੰ ਹਾਸਲ ਕਰਨ ਲਈ ਹੋਰ ਵੀ ਆਸਾਨ ਰਾਹ ਬਣਾ ਦਿੰਦੀ ਹੈ, ਕ੍ਰੀਏਟ ਕਰ ਦਿੰਦੇ ਨੇ। ਭਾਵੇਂ ਹਰ ਰੋਜ਼ ਇੱਕ ਲਾਈਨ ਦਾ ਹੀ ਗਿਆਨ ਸਿੱਖੋ ਪਰ ਹਮੇਸ਼ਾ ਕੁਛ ਨਵਾਂ ਸਿੱਖੋ। ਦੁਨੀਆਂ ਦੇ ਵਿੱਚ ਗਿਆਨ ਦੀ ਕਮੀ ਨਹੀਂ ਹੈ ਪਰ ਜਿਸ ਮੰਜ਼ਿਲ ਨੂੰ ਤੁਸੀਂ ਪਾਉਣਾ ਚਾਹੁੰਦੇ ਹੋ
ਜਿਸ ਖੇਤਰ ਵਿੱਚ ਤੁਸੀਂ ਕੰਮ ਕਰ ਰਹੇ ਹੋ ਉਸ ਖੇਤਰ ਦੇ ਵਿੱਚ ਹਰ ਰੋਜ਼ ਕੁਛ ਨਵਾਂ ਸਿੱਖਦੇ ਰਹੋ। ਇਹ ਫਕੀਰਾਂ ਨੇ ਦੂਜੀ ਆਦਤ ਦੱਸੀ ਬਾਬਾ ਜੀ। ਹੋ ਸਕਦਾ ਹੈ ਤੁਸੀਂ ਕੁਛ ਐਸਾ ਸਿੱਖ ਲਵੋ ਜੋ ਤੁਹਾਨੂੰ ਜ਼ਿੰਦਗੀ ਵਿੱਚ ਇੰਨਾ ਕੁਝ ਹਾਸਲ ਕਰਨ ਵਿੱਚ ਮਦਦ ਕਰੇ ਜੋ ਤੁਸੀਂ ਕਦੇ ਸੋਚਿਆ ਵੀ ਨਾ ਹੋਵੇਗਾ। ਸੋ ਹਮੇਸ਼ਾ ਆਪਣੇ ਫੀਲਡ ਵਿੱਚ, ਆਪਣੇ ਰਾਹਾਂ ਵਿੱਚ ਕੁਛ ਨਾ ਕੁਛ ਸਿੱਖਦੇ ਰਹੋ ਬਾਬਾ ਜੀ। ਇਹ ਫਕੀਰਾਂ ਫਰਮਾਇਆ। ਤੀਸਰੀ ਆਦਤ ਜੋ ਫਕੀਰਾਂ ਨੇ ਦੱਸੀ, ਉਹ ਬੋਲੇ ਕਿ ਬੋਲੋ ਘੱਟ ਅਤੇ ਸੁਣੋ ਜ਼ਿਆਦਾ। ਸਾਡੇ ਕੋਲ ਦੋ ਕੰਨ ਹੈ, ਇੱਕ ਮੂੰਹ ਹੈ, ਅਤੇ ਇੱਥੇ ਵੀ ਕਹਿੰਦੇ ਉਹ ਮਾਲਕ ਇਸ਼ਾਰਾ ਕਰ ਰਿਹਾ ਹੈ ਕਿ ਸੁਣੋ ਜ਼ਿਆਦਾ ਅਤੇ ਬੋਲੋ ਅੱਧਾ। ਔਰ ਸੁਣਨ ਵਾਲੇ ਕਦੇ ਨੁਕਸਾਨ ਵਿੱਚ ਨਹੀਂ ਰਹਿੰਦੇ, ਸੁਣਨ ਵਾਲੇ ਨੂੰ ਹਮੇਸ਼ਾ ਕੁਛ ਨਾ ਕੁਛ ਨਵਾਂ ਸਿੱਖਣ ਨੂੰ ਮਿਲਦਾ ਹੈ। ਐਵੇਂ ਨਹੀਂ ਫਰਮਾਇਆ, ਸੁਣਦੀ ਸੁਣਦੀ ਮੈਂ ਮਰੀ ਅਤੇ ਮਰੀਆਂ ਲੱਖ ਕਰੋੜ। ਜਿਸ ਨੂੰ ਸੁਣਨਾ ਹੀ ਆ ਗਿਆ ਉਸਨੂੰ ਬੋਲਣ ਦੀ ਕੀ ਲੋੜ, ਕਿਉਂਕਿ ਆਵਾਜ਼ਾਂ ਜਿਹੜੀਆਂ ਹੈ ਅੰਦਰੋਂ ਆਉਣੀਆਂ ਜਾਂ ਉਹਨਾਂ ਦੀਆਂ ਆਵਾਜ਼ਾਂ ਜਿਹੜੀਆਂ ਆਉਣੀਆਂ ਹੈ ਤੁਹਾਡੇ ਅੰਤਰ ਆਤਮਾ ਦੀਆਂ, ਉਸ ਪਰਮਾਤਮਾ ਦੀਆਂ, ਗੁਰੂ ਮੁਰਸ਼ਦ ਦੀਆਂ, ਉਹ ਬਾਬਾ ਜੀ ਚੁੱਪ ਰਹਿ ਕੇ ਸੁਣਨੀਆਂ ਪੈਂਦੀਆਂ, ਫਿਰ ਹੀ ਸੁਣਦੀਆਂ। ਹੁਣ ਜ਼ਰਾ ਘੱਟ ਬੋਲਣ ਦਾ ਮਤਲਬ ਹੈ ਕਿ ਊਰਜਾ ਦਾ ਘੱਟ ਬਰਬਾਦ ਹੋਣਾ, ਕਿ ਜਿੰਨਾ ਘੱਟ ਇਨਸਾਨ ਬੋਲਦਾ ਹੈ ਉਨੀ ਊਰਜਾ ਘੱਟ ਬਰਬਾਦ ਹੁੰਦੀ ਹੈ। ਲੋਕਾਂ ਦੇ ਮੂੰਹ ਜ਼ਿਆਦਾ ਨਾ ਲੱਗਣਾ, ਕਿਸੇ ਨਾਲ ਜ਼ਿਆਦਾ ਗੱਲ ਹੀ ਨਾ ਕਰਨਾ, ਬੋਲਣ ਨਾਲੋਂ ਚੁੱਪ ਚੰਗੇਰੀ, ਚੁੱਪ 'ਚ ਰਹਿੰਦਾ ਪਰਦਾ। ਉਹ ਭਾਈ ਜੇ ਮਨਸੂਰ ਨਾ ਬੋਲਦਾ ਫਿਰ ਸੂਲੀ ਕਾਸ ਤੋਂ ਚੜ੍ਹਦਾ। ਇਸ ਲਈ ਘੱਟ ਜਵਾਬ ਦਿਓ। ਘੱਟ ਬੋਲਣ ਅਤੇ ਜ਼ਿਆਦਾ ਸੁਣਨ ਵਾਲੇ ਲੋਕ ਬਹੁਤ ਜ਼ਿਆਦਾ ਫਾਇਦੇ ਵਿੱਚ ਰਹਿੰਦੇ ਆ, ਪਰ ਉਹਦੇ ਵਾਸਤੇ ਵੀ ਤੁਹਾਨੂੰ ਗਿਆਨੀ ਲੋਕਾਂ ਵਿੱਚ ਰਹਿਣਾ ਪਵੇਗਾ, ਆਪਣੇ ਤੋਂ ਸਿਆਣਿਆਂ ਦੇ ਵਿੱਚ। ਇਹ ਗੱਲ ਯਾਦ ਰੱਖੋ ਕਿ ਜਿੰਨਾ ਇਨਸਾਨ ਘੱਟ ਬੋਲਦਾ ਹੈ ਉਨਾ ਹੀ ਇਨਸਾਨ ਦੇ ਵਿੱਚ ਸੋਚਣ ਦੀ ਸ਼ਮਤਾ ਵੱਧ ਜਾਂਦੀ ਹੈ, ਆਪਣੇ ਆਪ ਨਾਲ ਜੁੜਨ ਦੀ ਸ਼ਮਤਾ ਵੱਧ ਜਾਂਦੀ ਹੈ। ਜੋ ਇਨਸਾਨ ਘੱਟ ਬੋਲਦਾ ਹੈ ਉਹ ਆਪਣੇ ਅੰਦਰ ਨਾਲ ਜੁੜਿਆ ਰਹਿੰਦਾ ਹੈ, ਅਤੇ ਆਪਣੇ ਅੰਦਰ ਨਾਲ ਜੁੜਨਾ ਉਸ ਪਰਮ ਸ਼ਕਤੀ ਦੇ ਨਾਲ ਜੁੜਨਾ ਹੈ ਬਾਬਾ ਜੀ। ਉਸ ਦੇ ਅੰਦਰ ਦੇ ਵਿਚਾਰ ਇੰਨੇ ਤਾਕਤਵਰ ਹੋ ਜਾਂਦੇ ਨੇ ਜੋ ਕਿਸੇ ਵੀ ਮੰਜ਼ਿਲ ਨੂੰ ਪੈਰਾਂ ਤੱਕ ਲਿਆਉਣ ਲਈ ਮਜਬੂਰ ਕਰ ਸਕਦੇ ਨੇ। ਚੌਥੀ ਆਦਤ ਜੋ ਉਹਨਾਂ ਫਕੀਰਾਂ ਨੇ ਦੱਸੀ ਕਿ ਇਹ ਹੈ ਕਿ ਸਹਿਮਤ ਹੋਣਾ ਅਤੇ ਮਨ੍ਹਾ ਕਰਨਾ। ਜ਼ਰਾ ਗੌਰ ਕਰੋ ਕਿ ਅਸਹਿਮਤ ਹੋਣਾ, ਸਹਿਮਤ ਹੋਣਾ ਅਤੇ ਮਨ੍ਹਾ ਕਰਨਾ। ਇਹ ਗੱਲ ਯਾਦ ਰੱਖੋ ਕਿ ਤੁਸੀਂ ਕੋਈ ਕਠਪੁਤਲੀ ਨਹੀਂ ਹੋ ਜੋ ਹਰ ਗੱਲ 'ਤੇ ਐਵੇਂ ਹਾਂਜੀ ਹਾਂਜੀ ਕਰਦੇ ਰਹੋ। ਤੁਸੀਂ ਇੱਕ ਅਲੱਗ ਇਨਸਾਨ ਹੋ, ਤੁਹਾਡਾ ਅਲੱਗ ਇੱਕ ਸੁਪਨਾ ਹੈ, ਅਤੇ ਇਹ ਗੱਲ ਯਾਦ ਰੱਖੋ ਕਿ ਤੁਹਾਡੇ ਸਿਧਾਂਤ ਜਿਹੜੇ ਹੈ ਉਹ ਵੀ ਅਲੱਗ ਹੋਣਗੇ। ਤੁਹਾਡੀ ਮੰਜ਼ਿਲ ਜੇਕਰ ਅਲੱਗ ਹੈ ਤਾਂ ਤੁਹਾਡਾ ਰਾਹ ਵੀ ਜਿਹੜਾ ਹੈ ਉਹ ਅਲੱਗ ਹੋਵੇਗਾ। ਜੇਕਰ ਤੁਹਾਨੂੰ ਕੋਈ ਚੀਜ਼ ਪਸੰਦ ਨਹੀਂ ਹੈ, ਜ਼ਰਾ ਗੌਰ ਕਰਨ ਬਾਬਾ ਜੀ ਇਸ ਗੱਲ 'ਤੇ ਕਿ ਜੇਕਰ ਕੋਈ ਚੀਜ਼ ਪਸੰਦ ਨਹੀਂ ਹੈ ਤਾਂ ਇਹ ਗੱਲ ਯਾਦ ਰੱਖੋ, ਉਹ ਜ਼ਰੂਰੀ ਨਹੀਂ ਹੈ ਕਿ ਜੋ ਤਰੀਕਾ ਦੂਜਿਆਂ ਦੇ ਲਈ ਕੰਮ ਕਰ ਰਿਹਾ ਹੈ ਉਹ ਤੁਹਾਡੇ ਲਈ ਵੀ ਕੰਮ ਕਰੇ। ਅਤੇ ਜੇਕਰ ਤੁਸੀਂ ਵੀ ਹੋਰਾਂ ਦਾ ਤਰੀਕਾ ਇਸਤੇਮਾਲ ਕਰਦੇ ਹੋ ਤਾਂ ਹੋਰਾਂ ਵਰਗੇ ਹੀ ਤੁਸੀਂ ਬਣ ਜਾਓਗੇ। ਤੁਸੀਂ ਇਸ ਦੁਨੀਆ ਦੇ ਸਭ ਤੋਂ ਅਲੱਗ ਇਨਸਾਨ ਹੋ, ਤੁਹਾਡੇ ਵਰਗਾ ਹੋਰ ਕੋਈ ਵੀ ਨਹੀਂ। ਇਹ ਗੱਲ ਯਾਦ ਰੱਖੋ, ਸਭ ਦੀ ਆਪਣੀ ਆਪਣੀ ਖੂਬੀ ਹੈ, ਆਪਣੀ ਆਪਣੀ ਕਮੀ ਹੈ। ਇਸ ਲਈ ਅਸਹਿਮਤ ਹੋਣ ਦਾ ਵੀ ਤੁਹਾਨੂੰ ਪੂਰਾ ਹੱਕ ਹੈ। ਨਹੀਂ ਸਹੀ ਲੱਗਦਾ ਉਸ ਨਾਲ ਸਹਿਮਤ ਨਾ ਹੋਵੋ, ਜੋ ਤੁਹਾਨੂੰ ਨਹੀਂ ਸਹੀ ਲੱਗ ਰਿਹਾ ਉਸ ਨਾਲ ਨਾ ਸਹਿਮਤ ਹੋ। ਜੋ ਬੰਦਾ ਗਲਤ ਨੂੰ ਗਲਤ ਨਹੀਂ ਕਹਿੰਦਾ ਉਸ ਨੂੰ ਮੂਰਖ ਆਖਿਆ ਗਿਆ ਬਾਬਾ ਜੀ। ਯਾਦ ਰੱਖੋ, ਤੁਹਾਨੂੰ ਹੱਕ ਹੈ ਤੁਹਾਡੀ ਗੱਲ ਰੱਖਣ ਦਾ। ਜੇਕਰ ਤੁਹਾਡੇ ਆਪਣੇ ਵੀ ਇਸ ਆਦਤ ਨਾਲ ਤੁਹਾਡੇ ਤੋਂ ਦੂਰ ਹੁੰਦੇ ਨੇ, ਗੁੱਸੇ ਹੁੰਦੇ ਨੇ, ਤਾਂ ਹੋਣ ਦਿਓ, ਕਿਉਂਕਿ ਤੁਸੀਂ ਅਲੱਗ ਹੋ ਅਤੇ ਉਹ ਅਲੱਗ। ਹਰ ਬੰਦੇ ਦਾ ਆਪਣਾ ਦਿਮਾਗ ਹੈ, ਆਪਣੇ ਵਿਚਾਰ ਹੈ, ਅਤੇ ਜੇਕਰ ਇਹ ਲੱਗਦਾ ਹੈ ਕਿ ਅਗਲਾ ਸਹੀ ਕਹਿ ਰਿਹਾ ਹੈ ਤਾਂ ਫਿਰ ਉਹਦੇ ਨਾਲ ਸਹਿਮਤ ਵੀ ਹੋ, ਸਹਿਮਤ ਹੋ ਤਾਂ ਸਿੱਖੋ ਕੁਛ। ਅਤੇ ਜਿੱਥੇ ਤੁਹਾਡੇ ਵਿਚਾਰਾਂ ਨੂੰ ਪ੍ਰਾਥਮਿਕਤਾ ਨਹੀਂ ਉਹਨਾਂ ਲੋਕਾਂ ਤੋਂ ਦੂਰ ਹੀ ਰਹੋ, ਭਾਵੇਂ ਕੋਈ ਵੱਡਾ ਹੈ ਅਤੇ ਭਾਵੇਂ ਕੋਈ ਛੋਟਾ। ਜੇਕਰ ਤੁਹਾਡੇ ਮਨ ਨਹੀਂ ਹੈ ਉਹਨਾਂ ਨਾਲ ਸਹਿਮਤੀ ਕਰਨ ਦਾ ਅਤੇ ਅਸਹਿਮਤੀ ਜਤਾ ਦਿਓ ਕਿ ਭਾਈ ਮੈਂ ਇਸ ਚੀਜ਼ ਨਾਲ ਤੇਰੇ ਸਹਿਮਤ ਨਹੀਂ ਹਾਂ,
ਮੈਨੂੰ ਇਹ ਚੀਜ਼ ਠੀਕ ਨਹੀਂ ਲੱਗ ਰਹੀ। ਜੇਕਰ ਤੁਸੀਂ ਕਿਸਾਨ ਨਹੀਂ ਵਪਾਰੀ ਬਣਨਾ ਚਾਹੁੰਦੇ ਹੋ, ਜੇਕਰ ਤੁਸੀਂ ਕਿਤੇ ਦੂਰ ਜਾਣਾ ਚਾਹੁੰਦੇ ਹੋ ਤਾਂ ਆਪਣੇ ਘਰ ਵਾਲਿਆਂ ਨੂੰ ਸਪਸ਼ਟ ਦੱਸ ਦਿਓ, ਕਿਉਂਕਿ ਜ਼ਬਰਦਸਤੀ ਜੇਕਰ ਕੋਈ ਚੀਜ਼ ਕਰੋਗੇ ਵੀ ਤਾਂ ਉਸ ਵਿੱਚ ਤੁਹਾਡਾ ਹੀ ਨੁਕਸਾਨ ਹੋਵੇਗਾ ਅਤੇ ਨਾ ਹੀ ਕੁਛ ਹਾਸਲ ਹੋਵੇਗਾ। ਇਸ ਲਈ ਜਿੱਥੇ ਜ਼ਰੂਰਤ ਹੋਵੇ ਉੱਥੇ ਮਨ੍ਹਾ ਕਰਨਾ ਸਿੱਖੋ, ਕਿਉਂਕਿ ਨਾ ਮਨ੍ਹਾ ਕਰਕੇ ਤੁਸੀਂ ਥੋੜ੍ਹੀ ਦੇਰ ਲਈ ਲੋਕਾਂ ਦੀ ਨਜ਼ਰ 'ਚ ਸਿਆਣੇ ਵੱਡੇ ਬਣ ਸਕਦੇ ਹੋ, ਪਰ ਜੇ ਕੰਮ ਮਨ ਨਾਲ ਨਾ ਕੀਤਾ ਜਾਵੇ ਉਹ ਫਿਰ ਅੰਤ ਨੁਕਸਾਨ ਦਾ ਹੀ ਹੁੰਦਾ ਹੈ ਬਾਬਾ ਜੀ। ਔਰ ਇੱਥੋਂ ਤੱਕ ਕਿ ਜ਼ਿਆਦਾਤਰ ਲੋਕ ਤਾਂ ਇਸੇ ਡਰ ਨਾਲ ਆਪਣੀ ਜ਼ਿੰਦਗੀ ਵਿੱਚ ਕੁਛ ਨਹੀਂ ਕਰ ਪਾਉਂਦੇ ਕਿ ਲੋਕ ਕੀ ਕਹਿਣਗੇ। ਸਭ ਤੋਂ ਵੱਡਾ ਰੋਗ ਕੀ ਕਹਿਣਗੇ ਲੋਕ, ਕਿ ਜੇ ਮੈਂ ਅਸਫਲ ਹੋ ਗਿਆ ਤਾਂ ਲੋਕ ਮੇਰੇ 'ਤੇ ਹੱਸਣਗੇ। ਜ਼ਿਆਦਾਤਰ ਲੋਕ ਖੁਦ ਦੇ ਲਈ ਨਹੀਂ ਬਲਕਿ ਦੂਜਿਆਂ ਤੋਂ ਡਰ ਡਰ ਕੇ ਜਿਉਂਦੇ ਆ, ਦੂਜਿਆਂ ਦੇ ਫੈਸਲਿਆਂ 'ਤੇ ਜਿਉਂਦੇ ਨੇ, ਤਾਂ ਹੀ ਉਹ ਜੀਵਨ ਭਰ ਦੁਖੀ ਰਹਿੰਦੇ ਨੇ ਬਾਬਾ ਜੀ। ਫਿਰ ਉਹ ਫੈਸਲਾ ਉਹੀ ਫੈਸਲੇ ਤੁਹਾਡੇ ਮਾਂ ਬਾਪ ਦੇ ਹੀ ਕਿਉਂ ਨਾ ਹੋਣ, ਜੇ ਤੁਹਾਨੂੰ ਨਹੀਂ ਸਹਿਮਤ ਉਹਨਾਂ ਨਾਲ ਤਾਂ ਉਹਨਾਂ ਨੂੰ ਕਹੋ ਕਿ ਆਹ ਚੀਜ਼ ਗਲਤ ਲੱਗ ਰਹੀ ਹੈ ਮੈਨੂੰ, ਮੈਂ ਇਹਦੇ ਨਾਲ ਅਸਹਿਮਤ ਹਾਂ, ਆਪਣੀ ਅਸਹਿਮਤੀ ਜਤਾਓ। ਪੰਜਵੀਂ ਗੱਲ ਜੋ ਉਹਨਾਂ ਫਕੀਰਾਂ ਨੇ ਦੱਸੀ, ਉਹ ਆਦਤ ਹੈ ਜ਼ਿੰਦਗੀ ਵਿੱਚ ਰਿਸਕ ਜੋਖਿਮ ਲੈਣਾ ਸਿੱਖੋ। ਜ਼ਿੰਦਗੀ ਵਿੱਚ ਸਭ ਤੋਂ ਵੱਡਾ ਜੋਖਿਮ ਹੈ ਰਿਸਕ ਜਾਂ ਜੋਖਿਮ ਜਿਹੜਾ ਉਹ ਕਦੇ ਨਾ ਲੈਣਾ, ਕਿਉਂਕਿ ਜੇਕਰ ਤੁਸੀਂ ਕੰਮ ਵਿੱਚ ਜੋਖਿਮ ਹੀ ਨਹੀਂ ਲੈ ਰਹੇ ਹੋ ਤਾਂ ਤੁਸੀਂ ਆਪਣੀ ਜ਼ਿੰਦਗੀ ਨੂੰ ਹੀ ਜੋਖਿਮ ਵਿੱਚ ਪਾ ਰਹੇ ਹੋ ਬਾਬਾ ਜੀ। ਜੇ ਤੁਸੀਂ ਕੁਛ ਵੱਡਾ ਕਰਨਾ ਚਾਹੁੰਦੇ ਉਦੋਂ ਤੁਹਾਨੂੰ ਜੋਖਿਮ ਲੈਣੇ ਪੈਣਗੇ, ਰਿਸਕ ਲੈਣੇ ਪੈਣਗੇ। ਆਪਣੀ ਜ਼ਿੰਦਗੀ ਨੂੰ ਬਰਬਾਦ ਕਰਨ ਦਾ ਰਿਸਕ ਨਾ ਲਓ। ਉਹੀ ਆਦਮੀ ਆਪਣੀ ਜ਼ਿੰਦਗੀ ਬਰਬਾਦ ਕਰ ਰਿਹਾ ਹੈ ਜੋ ਰਿਸਕ ਲੈ ਹੀ ਨਹੀਂ ਰਿਹਾ ਬਾਬਾ ਜੀ। ਇਸ ਲਈ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣਾ ਚਾਹੁੰਦੇ ਹੋ ਤਾਂ ਆਪਣੀ ਜ਼ਿੰਦਗੀ ਵਿੱਚੋਂ ਰਿਸਕ ਲੈਣਾ ਪਵੇਗਾ। ਜੇ ਤੁਹਾਨੂੰ ਲੱਗਦਾ ਹੈ ਨਾ, ਜੇ ਤੁਹਾਨੂੰ ਲੱਗਦਾ ਹੈ ਕਿ ਮੈਂ ਸਹੀ ਰਾਹ 'ਤੇ ਜਾ ਰਿਹਾ, ਫਿਰ ਰਿਸਕ ਲੈਣਾ ਪਵੇਗਾ ਬਾਬਾ ਜੀ। ਪਤਾ ਨਹੀਂ ਕੀ ਹੋਵੇਗਾ, ਇਸ ਦਾ ਡਰ ਕੱਢ ਦਿਓ। ਇਹ ਡਰ ਕੱਢ ਦਿਓ ਕਿ ਲੋਕ ਕੀ ਕਹਿਣਗੇ, ਇਹ ਡਰ ਕੱਢ ਦਿਓ ਕਿ ਮੇਰਾ ਸਮੇਂ ਬਰਬਾਦ ਹੋਵੇਗਾ ਜਾਂ ਮੇਰਾ ਧਨ ਬਰਬਾਦ ਹੋਵੇਗਾ। ਜੇਕਰ ਤੁਹਾਨੂੰ ਯਕੀਨ ਹੈ ਕਿ ਇਹ ਕੰਮ ਸਹੀ ਹੈ, ਇੱਥੇ ਗੱਲ ਯਾਦ ਰੱਖਣਾ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਇਹ ਕੰਮ ਸਹੀ ਹੈ ਤਾਂ ਫਿਰ ਰਿਸਕ ਇਨਸਾਨ ਨੂੰ ਲੈਣਾ ਚਾਹੀਦਾ ਹੈ। ਲਓ ਰਿਸਕ। ਇੱਕ ਇਨਸਾਨ ਨੂੰ ਜਨਮ ਤੋਂ ਲੈ ਕੇ ਮੌਤ ਤੱਕ ਬਸ ਤਿੰਨ ਚੀਜ਼ਾਂ ਚਾਹੀਦੀਆਂ ਨੇ, ਆਪਣਾ ਖਾਣਾ, ਕੱਪੜਾ, ਮਕਾਨ। ਬਾਬਾ ਜੀ ਔਰ ਇਹ ਵੀ ਗੱਲ ਯਾਦ ਰੱਖੋ ਕਿ ਜਿਸਨੇ ਇੱਥੇ ਭੇਜਿਆ ਹੈ ਉਹ ਦੇਵੇਗਾ ਅਤੇ ਇਸ ਨੂੰ ਪਾਉਣਾ ਕੋਈ ਮੁਸ਼ਕਲ ਕੰਮ ਨਹੀਂ ਹੈ। ਔਰ ਇਹ ਵੀ ਗੱਲ ਯਾਦ ਰੱਖੋ, ਕੁਛ ਨਵਾਂ ਕਰਨਾ ਚਾਹੁੰਦੇ ਹੋ ਤਾਂ ਪੂਰਾ ਗਿਆਨ ਲਵੋ ਅਤੇ ਕਰੋ। ਇਹ ਚਿੰਤਾ ਨਾ ਕਰੋ ਕਿ ਕਿਤੇ ਜੋ ਹੈ ਉਹ ਵੀ ਨਾ ਗਵਾ ਲਈਏ, ਕਿਉਂਕਿ ਜੇ ਕੁਛ ਚਲਾ ਵੀ ਗਿਆ ਤਾਂ ਵੀ ਜ਼ਿੰਦਗੀ ਤਾਂ ਚੱਲਦੀ ਹੀ ਰਹੇਗੀ, ਇਹ ਗੱਲ ਯਾਦ ਰੱਖੋ ਕਿ ਸਿਰਫ ਸੁਰੱਖਿਅਤ ਰਹਿ ਕੇ ਮੌਤ ਦੇ ਦਰਵਾਜ਼ੇ ਤੱਕ ਜਾਣਾ ਹੀ ਤੁਹਾਡਾ ਮਕਸਦ ਨਹੀਂ ਹੈ, ਬਲਕਿ ਇੱਕ ਯੋਧਾ ਬਣਨਾ ਅਤੇ ਫਿਰ ਅੱਗੇ ਵਧਣਾ, ਇਹ ਤੁਹਾਡੀ ਜ਼ਿੰਦਗੀ ਦਾ ਮਕਸਦ ਹੈ। ਸੋ ਸਹੀ ਚੀਜ਼ਾਂ ਲਈ ਜੋਖਮ ਲੈਣਾ ਵੀ ਜ਼ਰੂਰੀ ਹੈ। ਜੇ ਤੁਹਾਨੂੰ ਲੱਗਦਾ ਹੈ ਨਾ ਕਿ ਮੈਂ ਸਹੀ ਕਰਮ ਕਰ ਰਿਹਾ ਹਾਂ, ਨੇਕ ਕਰਮ ਕਰ ਰਿਹਾ ਹਾਂ, ਮੈਨੂੰ ਇਹਦੇ ਨਾਲ ਮੰਜ਼ਿਲ ਮਿਲ ਸਕਦੀ ਹੈ, ਤਾਂ ਜੋਖਿਮ ਲੈਣਾ ਚਾਹੀਦਾ ਹੈ ਵਿੱਚ ਵਿੱਚ। ਛੇਵੀਂ ਆਦਤ ਹੈ ਜੋ ਉਹ ਫਕੀਰਾਂ ਨੇ ਦੱਸੀ ਕਿ ਉਸ ਇਨਸਾਨ ਨੂੰ ਸਮਝਣ ਦੀ ਕੋਸ਼ਿਸ਼ ਕਰੋ ਜੋ ਅਗਲੇ 60 ਸਾਲ ਤੁਹਾਡੇ ਨਾਲ ਬਿਤਾਉਣ ਵਾਲਾ ਹੈ। ਅਤੇ ਉਹ ਇਨਸਾਨ ਕੋਈ ਹੋਰ ਨਹੀਂ, ਉਹ ਤੁਸੀਂ ਆਪ ਹੋ, ਤੁਸੀਂ ਖੁਦ। ਤੁਸੀਂ ਆਪਣੇ ਆਪ ਨੂੰ ਕਿੰਨਾ ਸਮਾਂ ਦਿੰਦੇ ਹੋ, ਤੁਸੀਂ ਆਪਣੇ ਅਤੀਤ ਵਿੱਚ ਜੋ ਗਲਤੀਆਂ ਕੀਤੀਆਂ ਨੇ ਉਹਨਾਂ ਤੋਂ ਕਿੰਨਾ ਸਿੱਖਦੇ ਹੋ, ਆਪਣਾ ਵਰਤਮਾਨ ਤੁਸੀਂ ਕਿਸ ਤਰੀਕੇ ਨਾਲ ਬਿਤਾ ਰਹੇ ਹੋ, ਕਿੱਦਾਂ ਜੀ ਰਹੇ ਹੋ, ਆਪਣੇ ਭਵਿੱਖ ਨੂੰ ਸਵਾਰਨ ਲਈ ਕੀ ਸੋਚਦੇ ਹੋ। ਕਿ ਤੁਸੀਂ ਹਰ ਦਿਨ 10 ਮਿੰਟ ਇਕੱਲੇ ਇਕਾਂਤ ਵਿੱਚ ਬੈਠ ਕੇ ਇਹ ਸੋਚਦੇ ਹੋ ਕਿ ਤੁਹਾਡੀ ਜ਼ਿੰਦਗੀ ਵਿੱਚ ਕੀ ਚੱਲ ਰਿਹਾ ਹੈ, ਮੈਂ ਕਿੱਥੋਂ ਆਇਆ ਸੀ, ਹੁਣ ਮੈਂ ਕਿੱਥੇ ਹਾਂ ਅਤੇ ਅੱਗੇ ਮੈਂ ਕਿੱਥੇ ਜਾਣਾ ਹੈ। ਤੁਹਾਡੀ ਸਭ ਤੋਂ ਵੱਡੀ ਜ਼ਰੂਰਤ ਅਤੇ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਚੁਣੌਤੀ ਕੀ ਹੈ। ਯਾਦ ਰੱਖੋ ਕਿ ਇਸ ਗੱਲ ਨੂੰ ਤੁਹਾਡੇ ਖੁਦ ਤੋਂ ਇਲਾਵਾ
ਹੋਰ ਕੋਈ ਨਹੀਂ ਚੰਗੀ ਤਰ੍ਹਾਂ ਜਾਣ ਸਕਦਾ। ਇਹ ਗੱਲ ਯਾਦ ਰੱਖੋ, ਇੱਥੋਂ ਤੱਕ ਕਿ ਤੁਹਾਡੇ ਆਪਣੇ ਵੀ ਨਹੀਂ। ਅਤੇ ਜੇਕਰ ਕੋਈ ਸਮਝ ਵੀ ਸਕਦਾ ਹੈ ਤਾਂ ਇਹ ਗੱਲ ਯਾਦ ਰੱਖੋ ਕਿ ਤੁਹਾਡੇ ਅੰਦਰ ਜੋ ਫੀਲਿੰਗ ਹੈ, ਜੋ ਭਾਵਨਾ ਹੈ, ਉਹ ਤੁਹਾਡੇ ਇਲਾਵਾ ਹੋਰ ਕੋਈ ਵੀ ਮਹਿਸੂਸ ਨਹੀਂ ਕਰ ਸਕਦਾ। ਇਸ ਲਈ ਆਪਣੇ ਆਪ ਨੂੰ ਹਰ ਦਿਨ 10 ਮਿੰਟ ਦਿਓ, ਅਤੇ ਇਹਨਾਂ 10 ਮਿੰਟਾਂ ਲਈ ਤੁਹਾਡੇ ਕੋਲ ਕੋਈ ਵੀ ਨਹੀਂ ਹੋਣਾ ਚਾਹੀਦਾ। ਉਸ ਵਕਤ ਖੁਦ ਨੂੰ ਜਾਣੋ, ਖੁਦ ਨੂੰ ਪਹਿਚਾਨੋ ਅਤੇ ਖੁਦ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਕਿਉਂਕਿ ਖੁਦ ਨੂੰ ਜਾਣਨਾ ਹੀ ਉਸ ਖੁਦਾ ਨੂੰ ਜਾਣ ਲੈਣਾ ਹੈ। ਇਹ ਗੱਲ ਯਾਦ ਰੱਖੋ। 7ਵੀਂ ਆਦਤ ਜੋ ਉਹਨਾਂ ਫਕੀਰਾਂ ਨੇ ਦੱਸੀ ਕਿ ਜ਼ਿੰਦਗੀ ਵਿੱਚ ਨਿਰਣੇ ਯਾਨੀ ਕਿ ਫੈਸਲਾ ਕਰਨਾ ਸਿੱਖੋ ਅਤੇ ਉਸੇ ਵਕਤ ਤੁਰੰਤ ਕੰਮ 'ਤੇ ਲੱਗ ਜਾਓ। ਇਸ ਗੱਲ ਨੂੰ ਜ਼ਰਾ ਸੋਚੋ, ਇਹੋ ਜਿਹੇ ਕਿੰਨੇ ਫੈਸਲੇ ਨੇ ਜਿਨ੍ਹਾਂ ਦੀ ਅੱਜ ਦੀ ਤਰੀਕ ਵਿੱਚ ਫੈਸਲਾ ਕਰਨਾ ਤੁਹਾਡੇ ਲਈ ਕਿੰਨਾ ਜ਼ਰੂਰੀ ਹੈ, ਪਰ ਤੁਸੀਂ ਫੈਸਲਾ ਲੈਣਾ ਹੀ ਨਹੀਂ ਚਾਹੁੰਦੇ, ਉਸ ਨੂੰ ਬਸ ਟਾਲਦੇ ਰਹਿੰਦੇ ਹੋ। ਜ਼ਿਆਦਾਤਰ ਲੋਕ ਤਾਂ ਇਹ ਫੈਸਲਾ ਕਰ ਹੀ ਨਹੀਂ ਪਾਉਂਦੇ ਕਿ ਮੈਂ ਇਹ ਕੰਮ ਕਰਨਾ ਵੀ ਹੈ ਜਾਂ ਨਹੀਂ ਕਰਨਾ, ਇਹਨਾਂ ਲੋਕਾਂ ਵਿੱਚ ਰਹਿਣਾ ਵੀ ਹੈ ਜਾਂ ਨਹੀਂ ਰਹਿਣਾ, ਵਪਾਰ ਇਹ ਵਾਲਾ ਕਰਨਾ ਹੈ ਕਿ ਨਹੀਂ ਕਰਨਾ ਹੈ, ਨੌਕਰੀ ਇਹ ਵਾਲੀ ਕਰਨੀ ਚਾਹੁੰਦਾ ਹਾਂ ਜਾਂ ਨਹੀਂ ਕਰਨਾ ਚਾਹੁੰਦਾ। ਦੁਨੀਆਂ ਫੈਸਲੇ ਹੀ ਨਹੀਂ ਕਰ ਪਾਉਂਦੀ ਬਾਬਾ ਜੀ, ਅਤੇ ਇਸੇ ਵਿੱਚ ਹੀ ਉਲਝੀ ਰਹਿੰਦੀ ਹੈ। ਇਸ ਲਈ ਆਪਣੀ ਜ਼ਿੰਦਗੀ ਦੇ ਫੈਸਲੇ ਲੈਣਾ ਸਿੱਖੋ ਅਤੇ ਜੋ ਵੀ ਫੈਸਲਾ ਲਿਆ ਹੈ ਉਸ ਫੈਸਲੇ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰੋ, ਕਿਉਂਕਿ ਤੁਹਾਡਾ ਕੰਮ ਮਿਹਨਤ ਕਰਨਾ ਹੈ, ਫਲ ਲਗਾਉਣਾ ਉਸ ਖੁਦਾ ਦਾ ਕੰਮ ਹੈ। ਅਤੇ ਜਦੋਂ ਫੈਸਲਾ ਕਰ ਲਓ ਤਾਂ ਉਸੇ ਵਕਤ ਕੰਮ 'ਤੇ ਲੱਗ ਜਾਓ। ਔਰ ਇਹ ਗੱਲ ਯਾਦ ਰੱਖੋ ਕਿ ਜਿੰਨੇ ਵੀ ਇਸ ਦੁਨੀਆਂ 'ਤੇ ਸਫਲ ਲੋਕ ਨੇ ਉਹਨਾਂ ਦਾ ਫੈਸਲਾ ਕਰਨਾ ਅਤੇ ਕੰਮ ਕਰਨ ਦਾ ਸਮਾਂ ਜੋ ਹੁੰਦਾ ਹੈ ਉਹ ਬਿਲਕੁਲ ਸ਼ੂਨੇ ਹੁੰਦਾ ਹੈ। ਜਿਸ ਤਰ੍ਹਾਂ ਮੰਨ ਲਓ ਕਿ ਤੁਸੀਂ ਦਿਨ 'ਚ 8 ਵਜੇ ਕੋਈ ਫੈਸਲਾ ਕੀਤਾ ਹੈ, ਕੋਈ ਕੰਮ ਕਰਨ ਦੀ ਯੋਜਨਾ ਬਣਾਈ ਹੈ, ਕੋਈ ਤਰੀਕਾ ਬਣਾਇਆ ਹੈ, ਤਾਂ 8:01 'ਚ ਤੁਹਾਡਾ ਕੰਮ ਜੋ ਹੈ ਉਸ ਫੈਸਲੇ ਦੇ ਅਕੋਰਡਿੰਗ ਹੋਣਾ ਸ਼ੁਰੂ ਹੋਣਾ ਚਾਹੀਦਾ ਬਾਬਾ, ਕਿ ਜੋ ਸੋਚਿਆ ਹੈ ਉਹ ਕਰਨਾ ਚਾਹੀਦਾ ਹੈ। ਇਹ ਫਕੀਰਾਂ ਨੇ ਫਰਮਾਇਆ। 8ਵੀਂ ਆਦਤ ਹੈ ਕਿ ਆਪਣੇ ਵਕਤ ਨੂੰ ਆਪਣੇ ਟੀਚੇ, ਆਪਣੇ ਲਕਸ਼, ਆਪਣੀ ਮੰਜ਼ਿਲ 'ਤੇ ਲਗਾਉਣਾ ਸਿੱਖੋ। ਸਮੇਂ ਇੱਕ ਮਾਤਰ ਐਸੀ ਚੀਜ਼ ਹੈ ਜੋ ਲਗਾਤਾਰ ਘੱਟ ਹੁੰਦਾ ਰਹਿੰਦਾ ਹੈ, ਜੋ ਨਿਰੰਤਰ ਚੱਲਦਾ ਰਹਿੰਦਾ ਹੈ। ਸਮੇਂ 'ਤੇ ਕਿਸੇ ਵੀ ਚੀਜ਼ ਦਾ, ਕਿਸੇ ਵੀ ਘਟਨਾ ਦਾ ਕੋਈ ਫਰਕ ਨਹੀਂ ਪੈਂਦਾ। ਸਮੇਂ ਹੀ ਇੱਕ ਐਸੀ ਚੀਜ਼ ਹੈ ਜਿਸ ਦੇ ਨਾਲ ਤੁਸੀਂ ਸਿਰਫ ਦੌੜ ਸਕਦੇ ਹੋ। ਹਾਂ, ਸਮਾਂ ਰੋਕ ਵੀ ਸਕਦੇ ਨੇ, ਪਰ ਉਹ ਰੋਕਣਾ ਕੇਵਲ ਪੂਰਨ ਸੰਤਾਂ ਦਾ ਕਾਜ ਹੈ, ਉਹਨਾਂ ਦਾ ਕਰਮ ਹੈ, ਉਹੀ ਜਾਣਦੇ ਹੈ, ਉਹ ਵਕਤ ਤੋਂ ਪਰੇ ਹੋ ਜਾਂਦੇ ਨੇ। ਇਹ ਗੱਲ ਯਾਦ ਰੱਖਣਾ। ਪਰ ਦੁਨਿਆਵੀ ਦੌੜ ਦੇ ਵਿੱਚ ਸਮੇਂ ਦੇ ਨਾਲ ਤੁਹਾਨੂੰ ਦੌੜਨਾ ਪੈਣਾ ਹੈ, ਤੁਰਨਾ ਪੈਣਾ ਹੈ, ਚੱਲਣਾ ਪੈਣਾ ਹੈ, ਜਿਸ ਦੇ ਨਾਲ ਤੁਸੀਂ ਸਿਰਫ ਦੌੜ ਸਕਦੇ ਹੋ। ਨਾ ਤਾਂ ਤੁਸੀਂ ਸਮੇਂ ਦੇ ਪਿੱਛੇ ਦੌੜ ਸਕਦੇ ਹੋ ਅਤੇ ਨਾ ਹੀ ਉਸ ਤੋਂ ਅੱਗੇ ਨਿਕਲ ਸਕਦੇ ਹੋ। ਔਰ ਇਹ ਗੱਲ ਯਾਦ ਰੱਖੋ ਕਿ ਅੱਜ ਤੁਹਾਡੀ ਜ਼ਿੰਦਗੀ ਵਿੱਚ ਜੋ ਵੀ ਚੱਲ ਰਿਹਾ ਹੈ ਤੁਹਾਨੂੰ ਉਸਦਾ ਸਾਹਮਣਾ ਕਰਨਾ ਹੀ ਪਵੇਗਾ। ਸਮੇਂ ਦੇ ਨਾਲ ਚੱਲਣਾ ਸਿੱਖੋ ਅਤੇ ਅੱਜ ਤੁਹਾਡੇ ਲਈ ਜੋ ਜ਼ਰੂਰੀ ਹੈ ਉਸਨੂੰ ਕਰਦੇ ਹੋਏ ਅੱਗੇ ਵੱਧਦੇ ਜਾਓ, ਕਿਉਂਕਿ ਸਮੇਂ ਦੇ ਬਹਾਵ 'ਚ ਜੇਕਰ ਤੁਸੀਂ ਇੱਕ ਵਾਰ ਪਿੱਛੇ ਰਹਿ ਗਏ ਤਾਂ ਫਿਰ ਭਾਵੇਂ ਤੁਸੀਂ ਕਿੰਨੀ ਵੀ ਦੌੜ ਲਾ ਲਓ ਉਹ ਪਹਿਲੇ ਵਾਲੀ ਗੱਲ ਕਦੇ ਨਹੀਂ ਹੋ ਪਾਏਗੀ। ਬਾਬਾ ਜੀ, ਬੰਦਾ ਜਦੋਂ ਪੈਦਾ ਹੁੰਦਾ ਹੈ ਉਸੇ ਵਕਤ ਤੋਂ ਸਾਡੇ ਸਮੇਂ ਦੀ ਉਲਟੀ ਗਿਣਤੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਮ੍ਰਿਤਿਊ ਦਾ ਸਮੇਂ ਤੈਅ ਹੈ। ਇਸ ਲਈ ਸਮੇਂ ਨੂੰ ਬਰਬਾਦ ਨਾ ਕਰੋ, ਉਸਨੂੰ ਆਪਣੀ ਮੰਜ਼ਿਲ ਪਹੁੰਚ ਲਾਓ, ਖੁਦ ਨੂੰ ਜਾਣਨ ਦੇ ਵਿੱਚ ਲਾਓ, ਖੁਦ ਨੂੰ ਪਹਿਚਾਨਣ ਦੇ ਵਿੱਚ ਲਾਓ। 9ਵੀਂ ਆਦਤ ਜੋ ਉਹਨਾਂ ਫਕੀਰਾਂ ਨੇ ਫਰਮਾਈ ਕਿ ਇਹ ਫਾਲਤੂ ਦੀਆਂ ਗੱਲਾਂ ਨੂੰ ਲੋਕਾਂ ਨੂੰ ਨਜ਼ਰਅੰਦਾਜ਼ ਕਰਨਾ ਸਿੱਖੋ। ਸਾਡੇ ਕੋਲ ਇੱਕ ਸੀਮਿਤ ਸਮੇਂ ਹੈ ਬਾਬਾ ਜੀ, ਅਤੇ ਇੱਕ ਨਿਸ਼ਚਿਤ ਮਾਤਰਾ 'ਚ ਊਰਜਾ ਹੈ, ਅਤੇ ਜੇਕਰ ਅਸੀਂ ਇਸ ਨੂੰ ਛੋਟੀ ਛੋਟੀ ਵਾਸਨਾਵਾਂ 'ਤੇ, ਬੇਮਤਲਬ ਦੇ ਕੰਮਾਂ 'ਤੇ ਲਗਾਉਂਦੇ ਰਹਾਂਗੇ ਤਾਂ ਸਾਡੀ ਊਰਜਾ ਜੋ ਹੈ ਉਹ ਵੱਟ ਜਾਏਗੀ,
ਕਹਿਣ ਦਾ ਭਾਵ ਕਿ ਵੱਖੋ ਵੱਖ ਜਿੱਦਾਂ ਬਾਂਟਣੀ ਸ਼ੁਰੂ ਹੋ ਜਾਵੇਗੀ, ਅਸੀਂ ਕਦੇ ਵੀ ਇਸ ਨੂੰ ਆਪਣੀ ਮੰਜ਼ਿਲ ਦੇ ਵੱਲ ਇਕੱਠੀ ਨਹੀਂ ਕਰ ਪਾਵਾਂਗੇ ਅਤੇ ਮੰਜ਼ਿਲ ਨੂੰ ਹਾਸਲ ਨਹੀਂ ਕਰ ਪਾਵਾਂਗੇ। ਜ਼ਿਆਦਾਤਰ ਲੋਕਾਂ ਦੀ ਗਲਤੀ ਵੀ ਕਹਿੰਦੇ ਇਹੀ ਹੈ ਕਿ ਉਹ ਹਰ ਚੀਜ਼ ਹਰ ਕੰਮ 'ਚ ਖੁਦ ਨੂੰ ਸੰਮਿਲਿਤ ਕਰਨਾ ਚਾਹੁੰਦੇ ਹੈ, ਕਰਨ ਦੀ ਕੋਸ਼ਿਸ਼ ਕਰਦੇ ਕਿ ਮੈਂ ਆਹ ਵੀ ਕਰ ਲਵਾਂ, ਮੈਂ ਉਹ ਵੀ ਕਰ ਲਵਾਂ, ਮੈਂ ਇਹ ਵੀ ਕਰ ਲਵਾਂ। ਉਹਨਾਂ ਦੀ ਊਰਜਾ ਵੱਟੀ ਜਾਂਦੀ ਹੈ, ਵੰਟ ਜਾਂਦੀ ਹੈ, ਕਹਿਣ ਦਾ ਭਾਵ ਕਿ ਵੱਖੋ ਵੱਖ ਤਰੀਕੇ ਨੂੰ ਚੱਲਣ ਲੱਗ ਪੈਂਦੀ ਹੈ ਅਤੇ ਉਹ ਕੁਛ ਵੀ ਵੱਡਾ ਨਹੀਂ ਕਰ ਪਾਉਂਦੇ ਫਿਰ। ਇਸ ਲਈ ਜਿਹੜਾ ਕੰਮ ਜ਼ਰੂਰੀ ਨਹੀਂ ਹੈ ਉਹ ਕੰਮ ਦੂਜਿਆਂ ਨੂੰ ਹੀ ਕਰਨ ਦਿਓ, ਜਿਹੜੇ ਕੰਮ 'ਚ ਤੁਹਾਡੀ ਇੱਛਾ ਹੀ ਨਹੀਂ ਹੈ ਕਰਨ ਦੀ ਉਹ ਨਾ ਕਰੋ, ਉਹ ਦੂਜਿਆਂ ਨੂੰ ਕਰਨ ਦਿਓ। ਆਪਣੀ ਸਾਰੀ ਊਰਜਾ ਬਸ ਆਪਣੇ ਜ਼ਰੂਰੀ ਕੰਮ ਵਿੱਚ ਹੀ ਲਗਾਓ। ਦਸਵੀਂ ਆਦਤ ਜੋ ਉਹਨਾਂ ਫਕੀਰਾਂ ਨੇ ਫਰਮਾਈ ਕਿ ਆਪਣੇ ਜੀਵਨ 'ਚੋਂ ਨਕਾਰਾਤਮਕ ਲੋਕਾਂ ਨੂੰ ਕੱਢ ਕੇ ਸਕਾਰਾਤਮਕ ਲੋਕਾਂ ਦੇ ਨਾਲ ਰਹਿਣਾ ਸ਼ੁਰੂ ਕਰੋ। ਨੈਗੇਟਿਵ ਸੋਚ ਵਿਚਾਰ ਵਾਲੇ ਲੋਕਾਂ ਤੋਂ ਦੂਰ ਰਹੋ। ਇੱਕ ਨਕਾਰਾਤਮਕ ਇਨਸਾਨ, ਨੈਗੇਟਿਵ ਇਨਸਾਨ ਸਾਡੀ ਊਰਜਾ ਨੂੰ ਚੂਸ ਕੇ ਸਾਡੀ ਸੋਚ ਨੂੰ ਵੀ ਨਕਾਰਾਤਮਕ ਯਾਨੀ ਕਿ ਨੈਗੇਟਿਵ ਬਣਾ ਦਿੰਦਾ ਹੈ। ਇਸ ਲਈ ਇਹੋ ਜਿਹੇ ਲੋਕਾਂ ਤੋਂ ਦੂਰ ਰਹਿਣ ਦੀ ਹੀ ਕੋਸ਼ਿਸ਼ ਕਰੋ, ਕਿਉਂਕਿ ਜਿਹੋ ਜਿਹੇ ਲੋਕਾਂ ਨਾਲ ਤੁਸੀਂ ਰਹੋਗੇ ਤੁਸੀਂ ਵੀ ਉਹੋ ਜਿਹੇ ਹੀ ਹੋ ਜਾਵੋਗੇ। ਇਸ ਲਈ ਸਿਆਣੇ ਲੋਕਾਂ ਨਾਲ ਰਹੋ, ਪੋਜ਼ਿਟਿਵ ਲੋਕਾਂ ਨੂੰ ਮਿਲੋ, ਕਿਉਂਕਿ ਦੁਨੀਆ ਦੇ ਵਿੱਚ ਹਰ ਇਨਸਾਨ ਨੂੰ ਹੱਕ ਹੈ ਕਿ ਉਹ ਖੁਸ਼ ਰਹੇ, ਪੋਜ਼ਿਟਿਵ ਸੋਚ ਨਾਲ ਜੀਵੇ। ਸੋ ਇੱਥੋਂ ਤੱਕ ਕਿ ਤੁਹਾਨੂੰ ਕਦੇ ਖੁਦ ਦੇ ਨਾਲ ਵੀ ਜੇ ਕਦੇ ਨਕਾਰਾਤਮਕ ਗੱਲ ਨਹੀਂ ਕਰਨੀ ਚਾਹੀਦੀ। ਇਹ ਗੱਲ ਯਾਦ ਰੱਖੋ ਕਿ ਖੁਦ ਨਾਲ ਵੀ ਕਦੇ ਨੈਗੇਟਿਵ ਗੱਲ ਨਾ ਕਰੋ ਕਿ ਯਾਰ ਆਹ ਨਹੀਂ ਹੋਣਾ, ਮੇਰੀ ਕਿਸਮਤ ਖਰਾਬ ਹੈ। ਨਾ, ਹਮੇਸ਼ਾ ਪੋਜ਼ਿਟਿਵ ਸੋਚੋ ਕਿ ਦਾਤਾ ਭਲੀ ਕਰੇਗਾ, ਦਾਤਾ ਭਲੀ ਕਰਨਗੇ, ਮੈਂ ਕੋਸ਼ਿਸ਼ ਕਰ ਰਿਹਾ ਹਾਂ, ਉਹ ਕੋਸ਼ਿਸ਼ ਕਰਨਗੇ। ਪੋਜ਼ਿਟਿਵ ਸੋਚੋ, ਪੋਜ਼ਿਟਿਵ ਰਹੋ, ਦੇਖੋ ਕਿ ਕਿਹੜਾ ਕੰਮ ਕਰਦਿਆਂ ਤੁਸੀਂ ਪੋਜ਼ਿਟਿਵ ਮਹਿਸੂਸ ਕਰਦੇ ਹੋ, ਉਹ ਕੰਮ ਵਾਰ ਵਾਰ ਕਰੋ। 11ਵੀਂ ਆਦਤ ਜੋ ਉਹਨਾਂ ਫਕੀਰਾਂ ਨੇ ਫਰਮਾਈ ਕਿ ਜਦੋਂ ਵੀ ਦਿਮਾਗ ਵਿੱਚ ਕੋਈ ਚੰਗਾ ਅਤੇ ਨਵਾਂ ਅਤੇ ਨੇਕ ਵਿਚਾਰ ਆਵੇ ਤਾਂ ਉਸੇ ਵੇਲੇ ਉਸਨੂੰ ਇੱਕ ਕਾਗਜ਼ 'ਤੇ ਲਿਖ ਲਓ, ਕਿਉਂਕਿ ਸਾਡਾ ਦਿਮਾਗ ਹਰ ਦਿਨ ਕੁਝ ਚੰਗੇ ਅਤੇ ਨਵੇਂ ਵਿਚਾਰ ਲਿਆਉਂਦਾ ਰਹਿੰਦਾ ਹੈ ਅਤੇ ਜੇਕਰ ਅਸੀਂ ਇਹਨਾਂ ਨੂੰ ਲਿਖ ਕੇ ਸੁਰੱਖਿਅਤ ਨਹੀਂ ਰੱਖਦੇ ਹਾਂ ਤਾਂ ਅਸੀਂ ਇਹਨਾਂ ਨੂੰ ਹਮੇਸ਼ਾ ਹਮੇਸ਼ਾ ਲਈ ਭੁੱਲ ਜਾਵਾਂਗੇ। ਅਕਸਰ ਇੱਦਾਂ ਹੁੰਦਾ ਨਾ ਕਿ ਬੰਦਾ ਸੋਚਦਾ ਯਾਰ ਮੈਂ ਆਹ ਚੰਗਾ ਕੰਮ ਕਰਾਂਗਾ ਤਾਂ ਹੌਲੀ ਹੌਲੀ ਉਹਨੂੰ ਭੁੱਲ ਜਾਂਦਾ ਹੈ। ਇਸ ਦੇ ਨਾਲ ਜੇਕਰ ਤੁਸੀਂ ਕੁਝ ਕਰਨ ਦੀ ਯੋਜਨਾ ਬਣਾ ਰਹੇ ਹੋ, ਕੋਈ ਚੀਜ਼ ਕਰਨ ਦੀ ਸੋਚ ਰਹੇ ਹੋ ਕਿ ਯਾਰ ਮੈਂ ਆਹ ਚੀਜ਼ ਕਰਾਂ, ਕਹਿੰਦੇ ਉਸ ਨੂੰ ਵੀ ਲਿਖ ਲਓ, ਕਿਉਂਕਿ ਇਸ ਤਰ੍ਹਾਂ ਕਰਨ ਨਾਲ ਉਹ ਯੋਜਨਾ ਜਿਹੜੀ ਹੈ, ਉਹ ਤਰੀਕਾ ਜਿਹੜਾ ਹੈ, ਉਹ ਰਾਹ ਜਿਹੜਾ ਹੈ, ਉਹ ਸਾਡੇ ਦਿਮਾਗ ਵਿੱਚ ਪੱਕਾ ਹੋ ਜਾਂਦਾ ਹੈ। ਬਾਬਾ ਜੀ, ਜਿੱਦਾਂ ਬੰਦੇ ਕਈ ਹੁੰਦੇ ਨਾ ਜਿਹੜੇ ਪੜ੍ਹਦੇ ਹੈ ਫਿਰ ਲਿਖਦੇ ਹੈ, ਲਿਖ ਕੇ ਪੜ੍ਹਦੇ ਹੈ, ਲਿਖਣਾ ਪੜ੍ਹਨਾ, ਕਹਿੰਦੇ ਪੜ੍ਹੇ ਲਿਖੇ, ਕਹਿੰਦੇ ਲਿਖੇ ਪੜ੍ਹੇ ਹਾਂ ਜੀ ਅਸੀਂ। ਜਿਹੜਾ ਲਿਖ ਕੇ ਪੜ੍ਹਦਾ ਹੈ ਨਾ ਉਹ ਜ਼ਿਆਦਾ ਤਰੀਕੇ ਨਾਲ ਅੰਦਰ ਯਾਦ ਰਹਿੰਦਾ ਹੈ, ਉਹ ਤਰੀਕ ਘੜਿਆ ਰਹਿੰਦਾ, ਜਿਹੜਾ ਘੜਿਆ ਹੁੰਦਾ ਨਾ ਉਹ ਫਿਰ ਝੜਦਾ ਨਹੀਂ ਬਾਬਾ ਜੀ। ਔਰ ਇਸ ਦੇ ਨਾਲ ਤੁਸੀਂ ਉਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਵਿੱਚ ਵੀ ਲਿਖੋ ਜੋ ਤੁਸੀਂ ਜ਼ਿੰਦਗੀ ਦੇ ਵਿੱਚ ਪਾਉਣਾ ਚਾਹੁੰਦੇ ਹੋ, ਉਹ ਆਦਤਾਂ ਦੇ ਬਾਰੇ ਵੀ ਲਿਖੋ ਜਿਨ੍ਹਾਂ ਨੂੰ ਤੁਸੀਂ ਅਪਣਾਉਣਾ ਚਾਹੁੰਦੇ ਹੋ ਜਾਂ ਜਿਨ੍ਹਾਂ ਨੂੰ ਤੁਸੀਂ ਛੱਡਣਾ ਚਾਹੁੰਦੇ ਹੋ, ਕਿਉਂਕਿ ਵਿਚਾਰਾਂ ਨੂੰ ਲਿਖ ਲੈਣ ਨਾਲ ਸਾਡੇ ਦਿਮਾਗ ਦਾ ਬੋਝ ਜਿਹੜਾ ਹੈ ਉਹ ਖਤਮ ਹੋ ਜਾਂਦਾ ਹੈ, ਫਿਰ ਸਾਡੀ ਜਿਹੜੀ ਊਰਜਾ ਹੈ ਉਹ ਇੱਕ ਸਹੀ ਦਿਸ਼ਾ ਵੱਲ ਤੁਰਦੀ ਹੈ। 12ਵੀਂ ਆਦਤ ਜੋ ਉਹਨਾਂ ਫਕੀਰਾਂ ਨੇ ਫਰਮਾਈ ਕਿ ਆਪਣੇ ਸਵਾਸਥ, ਆਪਣੇ ਜਿਹੜਾ ਸਿਹਤ ਹੈ ਇਹਦਾ ਧਿਆਨ ਰੱਖੋ, ਸਵਸਥ ਰਹੋ, ਸਵਸਥ ਜੀਵਨ ਸ਼ੈਲੀ ਨੂੰ ਅਪਣਾਓ, ਘੱਟ ਖਾਓ। ਹਜ਼ਰਤ ਅਲੀ ਸਾਹਿਬ ਨੇ ਫਰਮਾਇਆ ਹੈ ਕਿ ਘੱਟ ਖਾਓ, ਜਿੰਨੀ ਜ਼ਰੂਰਤ ਹੈ ਉਨਾ ਹੀ ਖਾਓ, ਉਨਾ ਹੀ ਖਾਓ ਜਿੰਨਾ ਆਪਾਂ ਨੂੰ ਜ਼ਰੂਰਤ ਹੈ। ਰੋਜ਼ ਵਿਆਮ ਕਰੋ, ਧਿਆਨ ਕਰੋ। ਹਾਂ, ਹੁਣ ਜਿਹੜਾ ਭਲਵਾਨ ਹੈ, ਜਿਹੜਾ ਵਰਜਿਸ਼ ਕਰ ਰਿਹਾ ਹੈ, ਜਿਹਨੇ ਕੁਇੰਟਲ ਕੁਇੰਟਲ ਚੱਕ ਰਿਹਾ ਹੈ ਦੁੱਧ, ਉਹ
ਉਹਦਾ ਖਾਣਾ ਜਿਹੜਾ ਹੈ ਉਹਦੇ ਸਰੀਰ ਨੂੰ ਹੋਰ ਤਰ੍ਹਾਂ ਦਾ ਭੋਜਨ ਚਾਹੀਦਾ ਹੈ, ਜਿਹੜਾ ਕੁਛ ਇੱਦਾਂ ਦਾ ਨਹੀਂ ਕਰ ਰਿਹਾ ਉਹਦੇ ਸਰੀਰ ਨੂੰ ਹੋਰ ਤਰ੍ਹਾਂ ਦਾ ਭੋਜਨ ਚਾਹੀਦਾ। ਸੋ ਕਹਿਣ ਦਾ ਭਾਵ ਕਿ ਜਿੰਨਾ ਤੁਹਾਨੂੰ ਲੋੜ ਹੈ ਉਨਾ ਹੀ ਭੋਜਨ ਕਰੋ, ਕਿਉਂਕਿ ਸਵਸਥ ਮਨ ਅਤੇ ਸਵਸਥ ਸਰੀਰ ਦੇ ਨਾਲ ਤੁਸੀਂ ਆਪਣੀ ਜ਼ਿੰਦਗੀ 'ਚ ਜ਼ਿਆਦਾ ਤੇਜ਼ੀ ਨਾਲ ਤਰੱਕੀ ਕਰ ਪਾਓਗੇ ਅਤੇ ਆਪਣੀ ਮੰਜ਼ਿਲ ਨੂੰ ਹਾਸਲ ਵੀ ਕਰ ਪਾਓਗੇ। ਦੁਨੀਆ ਦਾ ਸਭ ਤੋਂ ਪਹਿਲਾਂ ਸੁੱਖ ਹੁੰਦਾ ਹੈ ਨਿਰੋਗੀ ਕਾਇਆ, ਯਾਨੀ ਕਿ ਨਿਰੋਗੀ ਸਰੀਰ। ਤਾਂ ਹੀ ਕਹਿੰਦੇ ਆ ਨਾ ਸਾਈਆਂ ਨੂੰ ਪੁੱਛਣਾ ਕਿ ਸਾਈਂ ਜੀ ਕੀ ਹਾਲ ਆ, ਉਹਨਾਂ ਨੇ ਕਹਿਣਾ ਤੁਹਾਡੀ ਸਿਹਤ ਕਿੱਦਾਂ ਹੈ। ਉਹ ਸਿਹਤ ਬਾਰੇ ਪੁੱਛਦੇ ਆ ਕਿ ਸਾਡਾ ਸਿਹਤ, ਉਹ ਅੱਲਾ ਸਾਨੂੰ, ਉਹ ਰੱਬ ਸਾਨੂੰ ਸਿਹਤ ਦੇਵੇ, ਸ਼ੋਹਰਤ ਦੇਵੇ, ਨਾਮ ਕਮਾ ਲਾਂਗੇ, ਦੌਲਤ ਵੀ ਕਮਾ ਲਾਂਗੇ, ਇੱਜ਼ਤ ਦੇਵੇ। ਕਿ ਮਾਲਕਾ ਸਿਹਤ ਵੀ ਦੇਈਂ ਅਤੇ ਇੱਜ਼ਤ ਵੀ ਦੇਈਂ, ਕਿਉਂਕਿ ਜੇ ਸਿਹਤ ਅਤੇ ਇੱਜ਼ਤ ਉਸਨੇ ਦੇ ਦਿੱਤੀ ਫਿਰ ਸ਼ੋਹਰਤ ਦੌਲਤ ਆਪਣੇ ਆਪ ਆਉਣ ਲੱਗ ਪੈਂਦੀ ਹੈ ਬਾਬਾ ਜੀ। ਇਸ ਲਈ ਕਿਹਾ ਕਿ ਦੁਨੀਆ ਦਾ ਸਭ ਤੋਂ ਪਹਿਲਾ ਸੁੱਖ ਹੁੰਦਾ ਨਿਰੋਗੀ ਕਾਇਆ। ਇਸ ਗੱਲ ਦਾ ਪਤਾ ਉਦੋਂ ਚੱਲਦਾ ਜਦੋਂ ਇਨਸਾਨ ਬਿਮਾਰ ਪੈਂਦਾ ਹੈ ਕਿ ਯਾਰ ਵਾਕਈ ਮੈਂ ਨਿਰੋਗੀ ਸੀਗਾ, ਮੈਂ ਕਿੰਨਾ ਸਵਸਥ ਸੀ। ਸੋ ਖੁਦ ਨੂੰ ਸਵਸਥ ਰੱਖੋ। 13ਵੀਂ ਆਦਤ ਜੋ ਉਹਨਾਂ ਫਕੀਰਾਂ ਨੇ ਫਰਮਾਈ ਉਹ ਇਹ ਹੈ ਕਿ ਹਮੇਸ਼ਾ ਖੁਸ਼ ਰਹੋ, ਮੁਸਕਰਾਉਂਦੇ ਰਹੋ, ਕਿਉਂਕਿ ਹਰ ਇੱਕ ਅੱਗੇ ਰੋਣਾ ਮੂਰਖਤਾ ਹੀ ਹੈ। ਇਸ ਗੱਲ ਨੂੰ ਯਾਦ ਰੱਖੋ, ਹਰ ਇੱਕ ਅੱਗੇ ਆਪਣੇ ਰੋਣਾ ਰੋਣਾ ਉਹ ਮੂਰਖਤਾ ਹੀ ਹੈ, ਬੇਵਕੂਫੀ ਹੈ। ਇਸ ਲਈ ਅਹਿਸਾਸ ਹੀ ਨਾ ਹੋਣ ਦਿਓ ਕਿਸੇ ਨੂੰ ਕਿ ਕੋਈ ਦੁੱਖ ਹੈ ਤੁਹਾਡੀ ਜ਼ਿੰਦਗੀ 'ਚ, ਕਿਉਂਕਿ ਆਸ਼ਕ ਸੋਈ, ਫਕੀਰਾਂ ਫਰਮਾਇਆ ਹੈ, ਪੀਰ ਵਾਰਿਸ ਸ਼ਾਹ ਜੀ ਨੇ ਲਿਖਿਆ ਸੀ ਕਿ ਆਸ਼ਕ ਸੋਈ ਜੋ ਦੁੱਖ ਨਾ ਜ਼ਾਹਰ ਕਰੇ, ਕਿਉਂਕਿ ਦੁੱਖ ਤਕਲੀਫ ਤਾਂ ਹਰ ਇੱਕ ਇਨਸਾਨ ਦੀ ਜ਼ਿੰਦਗੀ ਦਾ ਹਿੱਸਾ ਹੈ ਬਾਬਾ ਜੀ, ਪਰ ਇਹ ਸਿਰਫ ਉਹਨਾਂ ਨਾਲ ਹੀ ਸਾਂਝੇ ਹੁੰਦੇ ਹੈ ਜੋ ਤੁਹਾਡੇ ਆਪਣੇ ਹੁੰਦੇ, ਅਤੇ ਆਪਣਾ ਕੋਈ ਨਹੀਂ ਹੁੰਦਾ ਬਾਬਾ ਜੀ, ਦੁੱਖ 'ਚ ਕੋਈ ਨਹੀਂ। ਇਸ ਲਈ ਖੁਸ਼ ਰਹੋ। ਹਾਂ, ਆਪਣੇ ਮੁਰਸ਼ਦ ਨਾਲ, ਆਪਣੇ ਗੁਰੂ ਨਾਲ, ਆਪਣੇ ਰੱਬ ਨਾਲ ਤੁਸੀਂ ਆਪਣਾ ਦੁੱਖ ਸਾਂਝਾ ਕਰਿਓ ਤਾਂ ਦੇਖਿਓ ਤੁਹਾਡੇ ਦੁੱਖ ਦਾ ਹੱਲ ਵੀ ਨਿਕਲੇਗਾ, ਕਿਉਂਕਿ ਹੋ ਸਕਦਾ ਤੁਹਾਨੂੰ ਮੁਸਕਰਾਉਂਦਾ ਦੇਖ ਕੇ ਕਿਸੇ ਹੋਰ ਨੂੰ ਤੁਹਾਡੇ ਵਿੱਚੋਂ ਕੋਈ ਉਮੀਦ ਦੀ ਕਿਰਨ ਨਜ਼ਰ ਆ ਜਾਵੇ ਬਾਬਾ ਜੀ। ਹੋ ਸਕਦਾ ਤੁਹਾਨੂੰ ਖੁਸ਼ ਦੇਖ ਕੇ ਕੋਈ ਹੋਰ ਆਪਣੀ ਤਕਲੀਫ ਭੁੱਲ ਜਾਵੇ। ਹੁਣ ਮੁਸਕਰਾਉਣ ਦਾ ਮਤਲਬ ਇਹ ਨਹੀਂ ਹੈ ਕਿ ਐਵੇਂ ਹੱਸੀ ਜਾਓ, ਇਸ ਦਾ ਮਤਲਬ ਹੈ ਕਿ ਹਮੇਸ਼ਾ ਖੁਸ਼ ਰਹੋ, ਪੋਜ਼ਿਟਿਵ ਰਹੋ, ਸਕਾਰਾਤਮਕ ਰਹੋ। ਔਰ ਇਹ ਗੱਲ ਹਮੇਸ਼ਾ ਸੋਚੋ ਕਿ ਮੈਂ ਬਹੁਤ ਕਿਸਮਤ ਵਾਲਾ, ਮੇਰੇ ਜੀਵਨ ਵਿੱਚ ਕੋਈ ਕਮੀ ਨਹੀਂ ਹੈ, ਕਿਉਂਕਿ ਮੇਰਾ ਸਾਈਂ ਮੇਰੇ ਨਾਲ ਹੈ ਤਾਂ ਉਹਨੇ ਕਮੀ ਰਹਿਣ ਨਹੀਂ ਦਿੱਤੀ, ਕੋਈ ਜ਼ਿੰਦਗੀ 'ਚ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਅਤੇ ਜੇ ਕੋਈ ਕਮੀ ਹੈ ਵੀ ਤਾਂ ਇਹ ਵੀ ਯਾਦ ਰੱਖੋ ਕਿ ਤੁਸੀਂ ਉਸਨੂੰ ਪੂਰਾ ਕਰ ਲਓਗੇ, ਕਿਉਂ? ਕਿਉਂਕਿ ਤੁਹਾਡਾ ਮਾਲਕ, ਤੁਹਾਡਾ ਸੱਚਾ ਸਾਈਂ ਤੁਹਾਡੇ ਨਾਲ ਹੈ, ਤੁਹਾਡਾ ਮੁਰਸ਼ਦ, ਤੁਹਾਡਾ ਗੁਰੂ ਤੁਹਾਡੇ ਨਾਲ ਹੈ, ਤੁਹਾਡਾ ਰੱਬ ਤੁਹਾਡੇ ਨਾਲ ਹੈ। ਔਰ ਜੇ ਉਸਨੇ ਤੁਹਾਨੂੰ ਇਸ ਕੰਮ 'ਚ ਪਾਇਆ ਤਾਂ ਇਹ ਪੂਰਾ ਕਰਵਾਏਗਾ ਵੀ ਉਹੀ, ਤੁਸੀਂ ਕੋਸ਼ਿਸ਼ ਕਰਦੇ ਰਹਿਣਾ, ਉਹ ਕੋਸ਼ਿਸ਼ ਕਰਦੇ ਰਹਿਣਗੇ। ਸੋ ਹੁਣ ਜਿਹੜੀ 14ਵੀਂ ਜਿਹੜੀ ਆਦਤ ਹੈ ਜੋ ਉਹਨਾਂ ਫਕੀਰਾਂ ਨੇ ਫਰਮਾਈ ਕਿ ਹਮੇਸ਼ਾ ਆਪਣੀ ਕਮਾਈ ਤੋਂ ਘੱਟ ਖਰਚ ਕਰੋ ਅਤੇ ਥੋੜ੍ਹਾ ਧਨ ਆਪਣਾ ਜ਼ਰੂਰ ਬਚਾ ਕੇ ਰੱਖੋ ਤਾਂ ਕਿ ਜੇਕਰ ਕਦੇ ਕੋਈ ਮੁਸੀਬਤ ਵੀ ਆਵੇ ਤਾਂ ਉਸ ਵਕਤ ਤੁਹਾਨੂੰ ਕਿਸੇ ਕੋਲ ਮੰਗਣ ਨਾ ਜਾਣਾ ਪਵੇ। ਕਦੇ ਵੀ ਦਿਖਾਵਾ ਨਾ ਕਰੋ। ਬੜੇ ਲੋਕ ਨੇ ਜੋ ਦਿਖਾਵੇ ਦੇ ਚੱਕਰ 'ਚ ਆਪਣੀ ਕਮਾਈ ਤੋਂ ਜ਼ਿਆਦਾ ਖਰਚ ਕਰ ਲੈਂਦੇ ਆ ਅਤੇ ਫਿਰ ਐਵੇਂ ਗਰੀਬੀ ਦਾਵੇ ਵਿੱਚ ਜ਼ਿੰਦਗੀ ਕੱਢਦੇ ਆ। ਇਸ ਗੱਲ ਦਾ ਧਿਆਨ ਜ਼ਰੂਰ ਰੱਖੋ ਕਿ ਤੁਸੀਂ ਪੈਸਾ ਲਗਾ ਕਿੱਥੇ ਰਹੇ ਹੋ। ਕਿਤੇ ਐਵੇਂ ਮੂਰਖਾਂ ਵਾਂਗੂ ਕਿਤੇ ਵੀ ਲਗਾ ਕੇ ਨਾ ਬੈਠ ਜਾਣਾ। ਐਵੇਂ ਕਿਤੇ ਪਤਾ ਹੈ ਕਿ ਮੇਰੀ ਯਾਰ ਚੀਜ਼ ਜਿਹੜੀ ਹੈ ਉਹ 2000 ਦੀ ਵਿਕਣੀ ਹੈ ਤਾਂ ਉੱਥੇ ਨਾ ਦੁਕਾਨ ਖੋਲ੍ਹ ਕੇ ਬਹਿ ਜਾਣਾ ਜਿੱਥੇ 100 ਰੁਪਈਏ ਵਾਲੇ ਗਾਹਕ ਹੈ। ਸੋ ਇਹ ਗੱਲ ਯਾਦ ਰੱਖੋ ਕਿ ਧਨ ਦਾ ਉਪਯੋਗ ਜਿਹੜਾ ਹੈ ਨਾ ਉਹ ਬੜਾ ਸੋਚ ਸਮਝ ਕੇ ਕਰਨਾ ਚਾਹੀਦਾ ਹੈ, ਬੜਾ ਸੋਚ ਸਮਝ ਕੇ। ਇੱਥੋਂ ਤੱਕ ਕਿ ਆਪਣੇ ਜਿਹੜੇ ਪਰਿਵਾਰ ਵਾਲੇ ਹੈ ਉਹਨਾਂ ਨਾਲ ਸਲਾਹ ਕਰੋ, ਜੇ ਤੁਹਾਨੂੰ ਉਹ ਲੱਗਦੇ ਹੈ ਨਾ ਕਿ ਯਾਰ ਇਹਨਾਂ ਨਾਲ ਸਲਾਹ ਕਰਨੀ ਚਾਹੀਦੀ ਹੈ, ਕਰੋ। ਮਨ ਆਪਣੇ 'ਚ ਰੱਖੋ ਆਪਣੀ ਗੱਲ, ਪਰ ਸਲਾਹਾਂ ਕਰੋ ਕਿ ਹਾਂ ਯਾਰ ਮੈਂ ਇੱਥੇ ਆਹ ਪੈਸਾ ਲਗਾਉਣਾ ਹੈ, ਇਹ ਮੈਂ ਠੀਕ ਆਪਣਿਆਂ ਨਾਲ, ਹਰ ਇੱਕ ਨਾਲ ਨਹੀਂ, ਯਾਦ ਰੱਖਣਾ, ਜਾਂ ਜਿਹੜਾ ਸਿਆਣਾ ਹੈ ਉਹਦੇ ਨਾਲ। ਹੁਣ ਮੰਨ ਲਓ ਇੱਕ ਇੰਜੀਨੀਅਰ ਹੈ, ਉਹ ਆਪਣੇ ਸੀਨੀਅਰ ਇੰਜੀਨੀਅਰ ਨੂੰ ਪੁੱਛ ਸਕਦਾ ਕਿ ਯਾਰ ਆਹ ਮੈਂ ਇੱਦਾਂ ਇੱਦਾਂ ਕਰਨਾ ਹੈ ਕਿ ਠੀਕ ਰਹੂਗਾ।
ਜੇ ਤੁਹਾਡੀ ਉਹਨਾਂ ਬਣਦੀ ਹੈ ਪ੍ਰੇਮ ਹੈ, ਫਿਰ ਹੀ ਉਹ ਤੁਹਾਨੂੰ ਸਹੀ ਰਾਹ ਪਾਏਗਾ, ਨਹੀਂ ਤਾਂ ਖਰਾਬ ਹੀ ਕਰੇਗਾ ਬਾਬਾ ਜੀ। ਜਾਂ ਫਿਰ ਗੁਰੂ ਰਹਿਬਰ ਪੀਰ ਫਕੀਰ ਤਾਂ ਉਹਨਾਂ ਨਾਲ ਗੱਲ ਕਰੋ, ਉਹ ਤੁਹਾਨੂੰ ਕੋਈ ਨਾ ਕੋਈ ਰਾਹ ਜ਼ਰੂਰ ਦਿਖਾਉਣਗੇ। ਜਾਂ ਸਵੇਰੇ ਉੱਠ ਕੇ ਜਿਹਨੇ ਜਿਹੜੇ ਗੁਰੂ ਮੁਰਸ਼ਦ ਵਾਲੇ ਜਿੱਦਾਂ ਜਿਹਨਾਂ ਨੇ ਨਾਮ ਦਕਸ਼ਣਾ ਉਹ ਨਹੀਂ ਹੈ ਗੁਰੂ ਕਹਿੰਦੇ ਆ ਕਿ ਜਿੱਦਾਂ ਸਾਹਮਣੇ ਨਹੀਂ, ਤਾਂ ਉਹ ਆਪਣੇ ਰੱਬ ਨੂੰ ਅਰਦਾਸ ਕਰੋ ਕਿ ਮਾਲਕਾ ਮੈਂ ਇਹ ਕੰਮ ਕਰਨਾ, ਜੇ ਚੰਗਾ ਲੱਗਦਾ ਤਾਂ ਕਰਵਾ ਦੇ, ਜੇ ਮੇਰੇ ਨੁਕਸਾਨ ਹੋਣਾ ਤਾਂ ਰਹਿਣ ਦੇ। ਸੋ ਇਹ ਐਸੀ ਗੱਲਾਂ ਕਿ ਮਤਲਬ ਪੈਸੇ ਦਾ ਜਿਹੜਾ ਉਪਯੋਗ ਹੈ ਨਾ ਉਹ ਸੋਚ ਸਮਝ ਕੇ ਕਰਨਾ ਚਾਹੀਦਾ ਹੈ ਪੈਸੇ ਦਾ ਉਪਯੋਗ। 15ਵੀਂ ਆਦਤ ਹੈ ਕਿ ਇੱਕ ਜ਼ਿੰਮੇਦਾਰ ਇਨਸਾਨ ਬਣੋ। ਇੱਦਾਂ ਦੇ ਬਹੁਤ ਸਾਰੇ ਕੰਮ ਨੇ ਜਿਨ੍ਹਾਂ ਨੂੰ ਕਰਕੇ ਤੁਸੀਂ ਦੂਜਿਆਂ ਦੇ ਦੁੱਖਾਂ ਨੂੰ ਘੱਟ ਕਰ ਸਕਦੇ ਹੋ, ਇਸ ਲਈ ਕਿਸੇ ਦੇ ਦੁੱਖਾਂ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰੋ। ਖਵਾਜਾ ਗਰੀਬ ਨਵਾਜ਼ ਅਜਮੇਰ ਸ਼ਰੀਫ ਵਾਲੀ ਸਰਕਾਰ ਫਰਮਾਉਂਦੇ ਹੈ ਕਿ ਜਿਸ ਦਿਨ ਤੂੰ ਲੋਕਾਂ ਦੇ ਦੁੱਖਾਂ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਨ ਲੱਗ ਪਿਆ ਨਾ, ਤੇਰੇ ਦੁੱਖ ਨੂੰ ਉਹ ਅੱਲਾ ਆਪਣੇ ਆਪ ਹੀ ਖਤਮ ਕਰ ਦੇਵੇਗਾ। ਜ਼ਰਾ ਗੌਰ ਕਰਨਾ, ਕਿਸੇ ਦੇ ਦੁੱਖਾਂ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰੋ। ਕਿਸੇ ਭੁੱਖੇ ਨੂੰ ਕੁਝ ਖਵਾ ਦਿਓ, ਕਿਸੇ ਰੋਂਦੇ ਨੂੰ ਹਸਾ ਦਿਓ, ਕਿਉਂਕਿ ਇੱਕ ਸਫਲ ਇਨਸਾਨ ਪੂਰੀ ਤਰ੍ਹਾਂ ਸਫਲ ਉਦੋਂ ਹੀ ਕਹਾਉਂਦਾ ਹੈ ਜਦੋਂ ਆਪਣੇ ਨਾਲ ਨਾਲ ਆਪਣੇ ਦੇਸ਼ ਦਾ ਆਪਣੇ ਸਮਾਜ ਦਾ ਵੀ ਭਲਾ ਕਰੇ, ਆਪਣੇ ਪਰਿਵਾਰ ਨੂੰ ਵੀ ਅੱਗੇ ਵਧਾਉਣ ਵਿੱਚ ਮਦਦ ਕਰੇ, ਅੱਗੇ ਵਧਣ ਵਿੱਚ ਮਦਦ ਕਰੇ। ਇਸ ਲਈ ਮਦਦ ਕਰੋ, ਨੇਕ ਕਰਮ ਕਰੋ, ਇਹ ਗੱਲ ਯਾਦ ਰੱਖੋ। ਸੋ ਉਹਨਾਂ ਫਕੀਰਾਂ ਨੇ ਦੱਸੇ ਇਹ 15 ਰਾਜ ਅਤੇ ਉਹ ਆਦਤਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਇੱਕ ਸਫਲ ਜੀਵਨ ਜੀ ਸਕਦੇ ਹੋ ਅਤੇ ਦੂਜਿਆਂ ਦੇ ਲਈ ਵੀ ਇੱਕ ਮਿਸਾਲ ਬਣ ਸਕਦੇ ਹੋ। ਹੁਣ ਉਸ ਪਰੇਸ਼ਾਨ ਵਿਅਕਤੀ ਨੂੰ ਇਹ ਸਭ ਆਦਤਾਂ ਬਾਰੇ ਪਤਾ ਲੱਗਿਆ ਅਤੇ ਆਪਣੇ ਸਵਾਲਾਂ ਦਾ ਸਹੀ ਜਵਾਬ ਵੀ ਮਿਲ ਗਿਆ। ਉਸਨੇ ਉਹਨਾਂ ਫਕੀਰਾਂ ਦਾ ਸ਼ੁਕਰੀਆ ਕੀਤਾ ਅਤੇ ਉੱਥੋਂ ਚਲਾ ਗਿਆ। ਇਹ ਕਹਾਣੀ ਸਾਨੂੰ ਦੱਸ ਰਹੀ ਹੈ, ਇਸ ਵਿੱਚ ਫਕੀਰਾਂ ਦੱਸਿਆ ਕਿ ਸਾਡੀਆਂ ਆਦਤਾਂ ਹੀ ਸਾਡੇ ਜੀਵਨ ਦੀ ਦਿਸ਼ਾ ਨੂੰ ਤੈਅ ਕਰਦੀਆਂ ਨੇ। ਜੇਕਰ ਅਸੀਂ ਬੁਰੀ ਆਦਤਾਂ ਦੇ ਕਰਕੇ ਅਸਫਲ ਹੋ ਸਕਦੇ ਹਾਂ ਤਾਂ ਫਿਰ ਇਹ ਵੀ ਯਾਦ ਰੱਖੋ ਕਿ ਚੰਗੀਆਂ ਆਦਤਾਂ ਨੂੰ ਅਪਣਾਉਣ ਨਾਲ ਅਸੀਂ ਸਫਲ ਵੀ ਹੋ ਸਕਦੇ ਹਾਂ। ਸੋ ਸਫਲਤਾ ਪਾਉਣ ਲਈ ਜ਼ਰੂਰੀ ਹੈ ਕਿ ਨਵੇਂ ਗਿਆਨ ਨੂੰ ਸਿੱਖੋ ਅਤੇ ਆਪਣੇ ਸਮੇਂ ਅਤੇ ਊਰਜਾ ਨੂੰ ਸਹੀ ਟਿਕਾਣੇ 'ਤੇ ਲਾਓ ਬਾਬਾ ਜੀ। ਸੋ ਸਾਰਿਆਂ ਨੂੰ ਸਲਾਮ ਹੈ, ਖੁਸ਼ ਰਹੋ, ਆਬਾਦ ਰਹੋ। ਔਰ ਇਹ ਗੱਲ ਯਾਦ ਰੱਖਣਾ ਕਿ ਜਦੋਂ ਵੀ ਕੁਛ ਚੰਗਾ ਸੁਣ ਰਹੇ ਹੋ ਤਾਂ ਰੱਬ ਇੱਕ ਜੈ ਸਾਈਂ ਜੀ 786 ਸੌਰਵ ਅਮਰ ਓਫੀਸ਼ੀਅਲ ਚੈਨਲ 'ਤੇ ਸੁਣ ਰਹੇ ਹੋ। ਆਪਣੀਆਂ ਦੁਆਵਾਂ 'ਚ ਯਾਦ ਰੱਖਣਾ ਜੈ ਸਾਈਂ ਜੀ ਦੀ, ਜੈ ਬਾਬਾ ਮੁਰਾਦ ਸ਼ਾਵਲੀ ਜੀ, ਗੁਰੂਆਂ ਪੀਰਾਂ ਰਹਿਬਰਾਂ ਫਕੀਰ ਸੰਤ ਮਹਾਤਮਾ ਸਾਈਂ ਲੋਕਾਂ, ਸਾਰਿਆਂ ਨੂੰ ਸਲਾਮ ਹੈ, ਸਾਰਿਆਂ ਨੂੰ ਪ੍ਰਣਾਮ ਹੈ। ਖੁਸ਼ ਰਹੋ, ਆਬਾਦ ਰਹੋ। ਜੈ ਸਾਈਂ ਜੀ ਦੀ।